ਗੁਰਮੁਖ ਪਿਆਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਦੇ ਪਏ ਸਨ ਕਿ ਕੀਰਤਨ ਦੇ ਕੁਝ ਰਸ ਹੁੰਦੇ ਨੇ, ਜਿਸ ਵਿੱਚੋਂ ਇੱਕ ਰਸ ਦਾ ਉਹਨਾਂ ਜ਼ਿਕਰ ਕੀਤਾ ਸੀ, ਇੱਕ ਵੀਰ ਰਸ ਹੈ। ਇਸੇ ਕਰਕੇ ਉਹਨਾਂ ਨੇ ਭਾਈ ਗੁਰਦਾਸ ਜੀ ਦੂਜੇ ਦਾ ਸਾਹਿਬ ਸਿੰਘ ਜੀ ਇੱਕ ਬਚਨ ਆਪ ਜੀ ਨਾਲ ਕੀਰਤਨ ਦੇ ਰੂਪ ਵਿੱਚ ਸਾਂਝਾ ਕੀਤਾ। ਇਹ ਸੱਚ ਹੈ ਕਿ ਬੋਲੀ ਹੋਈ ਕਵਿਤਾ ਦੇ ਲਿਖੇ ਹੋਏ ਬਚਨਾਂ ਦਾ ਆਪੋ ਆਪਣਾ ਅਸਰ ਹੁੰਦਾ, ਰਸ ਹੁੰਦਾ। ਜਿਵੇਂ ਕਵਿਤਾ ਦੇ ਨੌ ਰਸ ਨੇ, ਹਾਸ ਰਸ ਵਿੱਚ ਲਿਖੀ ਹੋਈ ਕਵਿਤਾ ਸਾਹਿਬ ਸਿੰਘ ਜੀ ਤੁਹਾਨੂੰ ਹਸਾਵੇਗੀ, ਪਰ ਜੇ ਗੁਰੂ ਸਾਹਿਬ ਜੀ ਦੀ ਸੋਭਾ ਵਿੱਚ ਲਿਖੀ ਹੋਵੇ ਉਹ ਵੀ ਚਾਰ ਚੰਦ ਲਾ ਦਿੰਦੀ ਹੈ। ਜਿਵੇਂ ਚਮਨ ਹਰਗੋਬਿੰਦਪੁਰੀ ਨੂੰ ਆਪ ਜੀ ਨੇ ਸੁਣਿਆ ਹੋਵੇਗਾ, ਉਹ ਲਿਖਦੇ ਤਾਂ ਹਾਸ ਰਸ ਸੀ ਪਰ ਉਹਨਾਂ ਕਮਾਲ ਕੀਤੀ ਜਿਵੇਂ ਮਹਾਰਾਜ ਜੀ ਦੀ ਸੋਭਾ ਵਿੱਚ ਉਹਨਾਂ ਕਵਿਤਾ ਲਿਖੀ, ਜਿਵੇਂ ਬੰਬੇ ਬੰਦੇ ਬਹਾਦਰ ਦਾ ਉਹਨਾਂ ਨੇ ਇਤਿਹਾਸ ਲਿਖਿਆ ਸੀ। ਇਸੇ ਤਰ੍ਹਾਂ ਕਰਣਾ ਰਸ ਹੈ, ਬਤਸ ਰਸ ਹੈ, ਰੌਦਰ ਰਸ ਹੈ, ਭਿਆਨਕ ਰਸ ਹੈ, ਉਹਦੇ ਵਿੱਚੋਂ ਇੱਕ ਰਸ ਹੈ ਵੀਰ ਰਸ। ਜਿਹਨੂੰ ਵੀਰ ਰਸ ਦੀ ਕਵਿਤਾ ਲਿਖਣੀ ਆਉਂਦੀ ਹੋਵੇ ਉਹ ਸਤਸੰਗ ਜੀ ਕਮਾਲ ਕਰ ਦਿੰਦਾ ਹੈ। ਕਵਿਤਾ ਵਿੱਚ ਵੀਰ ਰਸ ਹੈ ਤੇ ਹੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਰ ਸਿੰਘ ਨਗਰ ਤੋਂ ਸਤਸੰਗ ਜੀ ਉਹ ਗੁਰਮੁਖ ਪਿਆਰੇ ਦੋਨਾਂ ਢਾਡੀਆਂ ਨੂੰ ਬੁਲਾਇਆ ਸੀ ਅਤੇ ਆਖਿਆ ਸੀ ਵੀ ਸਾਡੀ ਇਸ ਸਾਰੀ ਕੌਮ ਨੂੰ, ਇਹਨਾਂ ਸਿੱਖਾਂ ਨੂੰ ਵੀਰ ਅਸੀਂ ਵਾਰਾਂ ਸੁਣਾਓ ਤਾਂ ਜੋ ਇਹਨਾਂ ਦਾ ਜੰਮ ਚੁੱਕਾ ਖੂਨ ਥੋੜ੍ਹਾ ਗਰਮ ਹੋਵੇ, ਇਹਨਾਂ ਦੇ ਖੂਨ ਦੇ ਥੱਲੇ ਤੁਸੀਂ ਵੀਰ ਰਸ ਦੀਆਂ ਵਾਰਾਂ ਦੀ ਭੱਠੀ ਬਾਲੋ, ਕਿਉਂਕਿ ਅਸੀਂ ਇਹਨਾਂ ਨੂੰ ਜ਼ੁਲਮ ਦੇ ਵਿਰੁੱਧ ਖੜ੍ਹੇ ਹੋਣ ਦੀ ਤਾਕਤ ਬਖਸ਼ਣੀ ਹੈ। ਉਸ ਨਾਥਮਾਲ ਤੇ ਅਬਦੁੱਲਾ ਨੇ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਖੜ ਕੇ ਗੁਰੂ ਕੀਆਂ ਸੰਗਤਾਂ ਨੂੰ ਵੀਰ ਅਸੀਂ ਵਾਰਾਂ ਸੁਣਾਈਆਂ ਸਨ, ਅਤੇ ਜਿਹੜੀਆਂ ਵਾਰਾਂ ਯੋਧਿਆਂ ਦੀਆਂ ਸੁਣਾਈਆਂ, ਜਿਨ੍ਹਾਂ ਵਿੱਚੋਂ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਵਿੱਚੋਂ ਸਾਧ ਸੰਗਤ ਜੀ ਕੁਝ ਵਾਰਾਂ ਦਾ ਨਮੂਨਾ ਦੇਖ ਸਕਦੇ ਹਾਂ। ਯੋਧਿਆ ਵੀਰ ਪੂਰ ਬਾਣੀ ਕੀ ਧੁਨੀ ਟੁੰਡੇ ਆਸ ਰਾਜੇ ਕੀ ਧੁਨੀ, ਇਹ ਕੋਈ ਮਹਾਰਾਜ ਜੀ ਦੇ ਰਿਸ਼ਤੇਦਾਰ ਨਹੀਂ ਸਨ, ਕੋਈ ਸ਼ਰਧਾਲੂ ਨਹੀਂ ਗੁਰੂ ਘਰ ਦੇ, ਸਿਰਫ ਇਸ ਕਰਕੇ ਉਹਨਾਂ ਦੀਆਂ ਵਾਰਾਂ ਬਣਾ ਕੇ ਗਾਈਆਂ ਸਨ ਕਿਉਂਕਿ ਉਹਨਾਂ ਨੇ ਜੰਗ ਬੜੀ ਸੂਰਮਗਤੀ ਨਾਲ ਕੀਤਾ ਸੀ। ਉਹ ਜੰਗ ਦੀ ਵਾਰ ਸੁਣਾਉਣ ਕਰਕੇ ਖੂਨ ਗਰਮ ਹੁੰਦਾ, ਸੁੱਤੀ ਹੋਈ ਜਿਹੜੀ ਸਾਧ ਸੰਗਤ ਜੀ ਜ਼ਮੀਰ ਉਹ ਜਾਗ ਪੈਂਦੀ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲੇ, ਇੱਕ ਉਹਨਾਂ ਦੀ ਕਾਲ ਹੈ ਅਤੇ ਨੌਜਵਾਨ ਸਿਰ ਤਲੀ 'ਤੇ ਰੱਖੀ ਫਿਰਦੇ ਸਨ, ਕੀ ਗੱਲ ਹੈ, ਕਿਉਂਕਿ ਉਹਨਾਂ ਦੇ ਬੋਲਾਂ ਵਿੱਚ ਵੀਰ ਰਸ ਸੀ। ਵਾਕਿਆ ਵੀਰ ਰਸ ਹੁੰਦਾ, ਵੀਰ ਰਸ ਦੇ ਵਿੱਚ ਅਗਰ ਲਿਖੀ ਜਾਂਦੀ ਕਵਿਤਾ ਜਾਂ ਵੀਰ ਰਸ ਵਿੱਚ ਕੁਝ ਬੋਲ ਕੇ ਸੁਣਾਇਆ ਜਾਂਦਾ ਹੈ, ਇਹ ਬਹੁਤ ਸਾਧ ਸੰਗਤ ਜੀ ਮਹੱਤਵ ਰੱਖਦਾ। ਇਹ ਗੁਰਮੁਖ ਪਿਆਰੇ ਜ਼ਿਕਰ ਕਰਦੇ ਪਏ ਸਨ ਅਤੇ ਕੁਝ ਵਿਦਵਾਨਾਂ ਨੇ ਅੱਖਰ ਲਿਖੇ ਨੇ, ਉਹ ਕਹਿੰਦੇ ਪ੍ਰੇਮ ਕੋ ਪ੍ਰਭਾਓ ਕੈਸੇ ਮਿੱਠੋ ਹੈ ਰਸਾਲ ਜੈਸੇ, ਕੈਸੇ ਹਰ ਸਾਲ ਜੈਸੇ ਮੇਵਾ ਮੂੰਗ ਦਾਨੀ ਹੈ, ਕੈਸੇ ਮੇਵਾ ਜੈਸੇ ਮਿਸ਼ਰੀ, ਕੈਸੇ ਮਿਸ਼ਰੀ ਜੈਸੇ ਮਧੂ, ਕੈਸੇ ਮਧੂ ਜੈਸੀ ਮਿੱਠੀ ਕਵਿਤਾ ਸੁਹਾਨੀ ਹੈ, ਕੈਸੇ ਹੈ ਕਵਿਤਾਈ ਮਿੱਠੀ ਜੈਸੇ ਹੈ ਪਿਊਖ ਪਿਆਰੇ। ਕਵਿਤਾ ਇੱਕ ਬਹੁਤ ਸਤਸੰਗ ਜੀ ਅਸਰ ਰੱਖਦੀ ਆਪਣੇ ਆਪ ਵਿੱਚ। ਕਹਿੰਦੇ ਕਵਿਤਾ ਕਿੰਨੀ ਕੁ ਮਿੱਠੀ ਹੁੰਦੀ ਹੈ, ਇਹ ਕਿਸੇ ਵਿਦਵਾਨ ਦੇ ਬਚਨ ਨੇ, ਉਹ ਕਹਿੰਦੇ ਨੇ ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਕੀਤਾ ਹੋਇਆ ਪ੍ਰੇਮ ਅਤੇ ਗੁਰੂ ਸਾਹਿਬ ਜੀ ਵੱਲੋਂ ਫਿਰ ਬਦਲੇ ਵਿੱਚ ਕੀਤਾ ਗਿਆ ਚਰਨਾਂ ਵਿੱਚ ਆਉਣ ਵਾਲੇ ਗੁਰਸਿੱਖ ਨਾਲ ਜਿਹੜਾ ਪ੍ਰੇਮ ਹੈ, ਇਹਨੂੰ ਰਸਨਾ ਬੋਲ ਕੇ ਨਹੀਂ ਜੇ ਦੱਸ ਸਕਦੀ। ਇਹਦਾ ਪ੍ਰਭਾਵ ਅਗਰ ਦੇਖਣਾ ਹੋਵੇ ਤਾਂ ਫਿਰ ਕੁਝ ਨਾ ਕੁਝ ਮਿੱਠੇ ਰਸਾਂ ਦਾ ਜ਼ਿਕਰ ਕਰਕੇ ਦੱਸ ਸਕਦੇ ਹਾਂ, ਪਰ ਮੁਕਾਬਲਾ ਫਿਰ ਵੀ ਕੋਈ ਨਹੀਂ। ਉਹ ਕਹਿੰਦੇ ਪ੍ਰੇਮ ਕੋ ਪ੍ਰਭਾਓ ਕੈਸੇ ਮਿੱਠੋ ਹੈ ਰਸਾਲ ਜੈਸੇ, ਪ੍ਰੇਮ ਦਾ ਪ੍ਰਭਾਵ ਕਿੱਦਾਂ ਦਾ ਹੁੰਦਾ, ਜਿਵੇਂ ਸਾਰੇ ਮਿੱਠੇ ਰਸ ਇੱਕ ਥਾਂ 'ਤੇ ਇਕੱਠੇ ਕਰ ਦਈਏ, ਇਹਦੋਂ ਵੱਧ ਸਤਸੰਗ ਜੀ ਪ੍ਰੇਮ ਦਾ ਪ੍ਰਭਾਵ ਹੈ ਜੇ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਪ੍ਰੇਮ ਕਰੇ ਤੇ। ਫਿਰ ਉਹ ਕਹਿੰਦੇ ਨੇ ਕੈਸੇ ਹੈ ਰਸਾਲ, ਉਹ ਰਸ ਸਾਰੇ ਜਿਹੜੇ ਮਿੱਠੇ ਨੇ ਮੇਵੇ ਨੇ, ਕਿੱਦਾਂ ਦੇ ਮਿੱਠੇ ਹੁੰਦੇ, ਕੈਸੇ ਮੇਵਾ ਜੈਸੇ ਮਿਸ਼ਰੀ, ਕੈਸੇ ਮਿਸ਼ਰੀ ਜੈਸੇ ਮਧੂ, ਮਧੂ ਸ਼ਹਿਦ ਨੂੰ ਕਹਿੰਦੇ। ਕਹਿੰਦੇ ਪ੍ਰੇਮ ਇੰਨਾ ਮਿੱਠਾ ਹੁੰਦਾ ਜਿਵੇਂ ਮਿਸ਼ਰੀ ਹੈ, ਮਿਸ਼ਰੀ ਕਿੰਨੀ ਕੁ ਮਿੱਠੀ ਹੈ ਜਿਵੇਂ ਸ਼ਹਿਦ ਹੁੰਦਾ, ਕੈਸੇ ਮਧੂ ਜੈਸੇ ਮਿੱਠੀ ਕਵਿਤਾ ਸੁਹਾਨੀ ਹੈ। ਕਹਿੰਦੇ ਜਿੰਨੀ ਕਵਿਤਾ ਪੂਰੇ ਰਸ ਵਿੱਚ ਲਿਖੀ ਹੋਈ ਹੁੰਦੀ ਨਾ ਸੋਭਨੀਕ, ਅਤੇ ਉਹਦੀ ਮਿਠਾਸ ਹੈ, ਇੰਨੀ ਮਿਠਾਸ ਹੈ ਇਹਨਾਂ ਸਾਰੇ ਮਿੱਠੇ ਰਸਾਂ ਦੀ, ਅਗਰ ਇੱਕ ਥਾਂ 'ਤੇ ਇਕੱਠੇ ਕਰ ਦਿੱਤੇ ਜਾਣ। ਫਿਰ ਵਿਦਵਾਨ ਲਿਖਦੇ ਹੋ ਕਹਿੰਦੇ ਕੈਸੇ ਹੈ ਕਵਿਤਾਈ ਮਿੱਠੀ ਜੈਸੇ ਹੈ ਪਿਊਖ ਪਿਆਰੇ, ਕੈਸੇ ਹੈ ਪਿਊਖ ਜੈਸੇ ਗੰਗਮਾਨੀ ਹੈ, ਕੈਸੇ ਗੰਗਮਾਨੀ ਜੈਸੇ ਬ੍ਰਹਮਾਨੰਦ ਗਿਆਨੀ ਗਾਤ, ਕੈਸੇ ਬ੍ਰਹਮਾਨੰਦ ਗਿਆਨੀ ਗਾਤ ਜੈਸੇ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਹੈ। ਉਹ ਕਹਿੰਦੇ ਗੁਰਮੁਖੋ ਬ੍ਰਹਮ ਗਿਆਨੀ ਕਥਾ ਕਰਦਾ ਹੋਏ ਅਤੇ ਕਥਾ ਗੁਰੂ ਸਾਹਿਬ ਜੀ ਦੀ ਬਾਣੀ ਦੀ ਹੋਵੇ ਅਤੇ ਸੁਣਨ ਵਾਲੇ ਸਰੋਤੇ ਨਾਗਾ ਨਾ ਪਾਉਣ, ਜੇ ਉਹ ਅਮਰਾਪੁਰੀ ਨੂੰ ਨਾ ਜਾਣਗੇ ਤਾਂ ਦੱਸੋ ਜਾਣਗੇ ਕਿੱਥੇ, ਇਹ ਪ੍ਰੇਮ ਦਾ ਪ੍ਰਭਾਵ ਹੈ, ਇਹ ਸੱਚੇ ਪਾਤਸ਼ਾਹ ਜੀ ਦੇ ਬੋਲਾਂ ਵਿੱਚ ਅਸਰ ਹੈ। ਵਾਕਿਆ ਬੋਲੇ ਹੋਏ ਅਸਰਾਂ ਵਿੱਚ ਬਚਨਾਂ ਵਿੱਚ ਸਾਧ ਸੰਗਤ ਜੀ ਅਸਰ ਹੁੰਦਾ, ਉਹ ਭਾਵੇਂ ਆਪਾਂ ਮਿੱਠੇ ਬੋਲੀਏ ਜਾਂ ਫਿੱਕੇ ਬੋਲੀਏ, ਉਹਨਾਂ ਦੇ ਬਚਨ ਤੋਂ ਮੈਨੂੰ ਬਚਨ ਯਾਦ ਆ ਗਿਆ, ਉਵੇਂ ਮੇਰੀ ਡਿਊਟੀ ਗੁਰਮੁਖਾਂ ਨੇ ਹੋਰ ਲਗਾਈ ਹੈ। ਕੋਈ ਵੀ ਬਚਨ ਆਪਾਂ ਬੋਲ ਦਿੰਦੇ ਹਾਂ ਆਪਣੇ ਸੁਭਾਅ ਅਨੁਸਾਰ, ਸਾਰਿਆਂ ਨੇ ਬਚਨ ਬੋਲਣੇ ਹੁੰਦੇ, ਕੋਈ ਮਿੱਠੇ ਬੋਲਦਾ, ਕਿਸੇ ਦਾ ਸੁਭਾਅ ਫਿੱਕੇ ਬੋਲ ਬੋਲਣ ਦਾ ਹੁੰਦਾ, ਉਹਨੂੰ ਫਤਿਹ ਵੀ ਆਪਾਂ ਬੁਲਾਈਏ ਉਹ ਕਹਿੰਦਾ ਤੈਨੂੰ ਫਤਿਹ ਵਾਲਾ ਮੈਂ ਹੀ ਲੱਭਾ ਸਾਂ, ਕਿਉਂਕਿ ਸੁਭਾਅ ਹੀ ਫਿੱਕਾ ਹੋ ਗਿਆ।
पर बोले हुए साध संगत जी बचन का असर हुंदा सुनने वाले ते। वो कहिंदे ने बचन ते प्यार लगे, बचन ते दूर भगे। कोई इस तरह के बचन करता बंदा प्यारा लगन लग पैंदा, आपां जानदे भी नहीं हुंदे, पर दो चार उहदे नाल बचन होए सारी जिंदगी की सांझ बन जाती। कुछ बचन ही ऐसे करन कि बंदा उत्ते दूर भजदा, कहिंदे ने कोई चंगी गल तो करनी नहीं, चलो ये तो खैड़ा ही छड़ाओ। बचन ते प्यार लगे, बचन ते दूर भगे, बचन ते मर जाई, बचन ते पोख जू। कहिंदे गुरमुखो कुछ बचन ऐसे होंदे जिन्हां करके बंदा आत्महत्या कर लैंदा, मौत हो जाती बंदे दी। सिर्फ एक गल बोली करके ऐसी दिल ते सीने ते चोट करती है, बंदा मौत नूं गले लगा लैंदा। कुछ बचन ऐसे होंदे आ मरदा मरदा बंदा मौत तो वापस निकल आता, उन्होंने प्यार आख दिता जाए ना तू कि गल का गुस्सा कर लिया गुरमुखा, कोई गल ही नहीं, एक बार बैठ के गल तो कर, आप माफी मंग लें तेरे तो, एक बचन ही किया वापस आ जाएगा। बचन बचन में इन्ना असर होंदा, इस करके हर बचन अपना साध संग जी असर रखता। तो जिहड़े बचन गुरु साहब जी के पवित्र मुख तो निकले ने उन्हों का जिहड़ा असर है उन्हों एक रसना कदे कथन करके नहीं दस सकती। गुरु साहब जी के बचना का कीर्तन आप जी ने सरवण किया, तो गुरु साहब जी की वड्याई तो शोभा लई कुछ कु देर आप गुरमुखां दे दर्शन करने ने। कल नूं साध संग जी ये चल रहे समागमां विच अमृत का बाटा तैयार होवेगा, कल नूं 11 तरीक नूं शायद साध संग जी अमृत का बाटा तैयार होना। तो बहुत बार अपना जिहड़ा मन है वह एक इस अधेड़ बन च पिया रहिंदा, चलो कोई नहीं अगले साल छक लवेंगे, अगले साल छक लवेंगे। असल में साध संगत जी ये एक पत्थर ते लिखी हुई लकीर, एक चिट्टी धुप वर्गा दिन सूरज के दिन वर्गा सच है भाई। कल्याण अमृत छके तो बाद ही होनी है, अपनी मर्जी अज छक लीए, इस जन्म च छक लीए, 10 जन्म तुर फिर के छक लवेंगे, 20, 50, 100, 200, 400 जन्म तो बाद कलगीधर पातशाह जी ने मोहर लगा दी है, कल्याण अपनी अमृत छकन तो बाद ही होनी है। ये तुसी लिख लेना हिरदे ते, क्योंकि सच्चे पातशाह जी का जे आपां इतिहास वाचदे आ बहुत सारे बचन आपां नूं ऐसे मिल जाएंगे भाई, जिथे भाई दयाल दास जी तो सच्चे पातशाह जी ने साध संगत जी प्रशादा ही नहीं सी सके, आख्या सी तू अमृत छकेगा फिर तेरे तो प्रशादा छकांगे। ये अमृत की शक्ति सी, 7 ते 9 साल का बच्चा नीहां च खड़ के जिथे कोई भी अपना नहीं सी, सारी बगानियां की सभा सी, तगड़िया तगड़िया छातियां वाले 1.5-1.5-2 फुटे जिन्हां दे सिर ते कुले सन, वह लाल नेत्रां वाले 7 ते 9 साल के बच्चों हर तरह का भयानक डर दे के डराना चाहते सन, साड़ी ईन मान लैन। तो 7 ते 9 साल के बच्चे जी अगे कहिंदे सन ना भी तुसी सानू डराउंदे किस गल करके, जे जिहड़ा डर मौत दा तुसी सानू दे रहे हैं बहुत साल पहला असी वह खंडे विच बाटे विच खंडे नाल घोल के पी लिया, इस करके सानू मौत डरा नहीं सकती। वो अमृत का असर सी, नहीं तो बच्चे डराउणा कोई औखा नहीं हुंदा। उन्हें डरा के देख लिया, उन्हें लालच दे के देख लिया, उन्हें कहा तुहाडियां कचहरियां चलिया करनगियां, तुसीं हाथियां घोड़ियां दीआं सवारियां करिया करोगे। वजीदे ने आख्या मेरी तरह फैसले करिया करोगे तुसीं इत्थे बैठ के, सिर्फ एक बार कह दिओ असीं सिख नहीं, तुहाडी कचहरी लग्या करेगी, तुहाडे चार चार निकाह करावांगा मैं, तुसीं मुख तों जो बोलदे होगे उह सुख दा मैं प्रबंध कर देंगा। पर साहिबजादियां ने आख्या सी जुत्ती दी नोक नाल ठकराउने असीं तेरा सारा कुछ, सानूं अपनी सिखी प्यारी है। बच्चों के टोटे करवा के मां वालों साध संगत जी गल च पवा लेने, झोली विच बच्चों के टोटे रखवा लेने, मेरे लिए कहना सौखा तो तुहाडे लिए सुनना भी सौखा, पर बहुत औखी घाटी है जिस विचों लंघना पवे। माँ जानती है वह अपने बच्चे नूं किन्ना क प्यार करती है, कोई भी पैमाना अज तक ये नाप के तोल के मिणके दस नहीं सकिया माँ अपने बच्चे वालों किन्ना क प्यार करती है। पर उस माँ नूं ही आख्या जाए एक बच्चा वो गल नाल चंबड़िया है, उसकी बांह फड़ के जलाद उन्हें उपर सुट के थले नेजा कर देता, तो दूजे गोद वाले बच्चे की बांह फड़ के अगर जलाद आखे भी सिर्फ एक बार तू एक बचन कह दे असी सिख नहीं, आ हुणे काल कोठी का दरवाजा खोल दे जा अपने बच्चे लैके तू निकल जा। एक बच्चा माँ का वो जिगर का टोटा नेजे से टंगया हो, दूजे बच्चे की बांह जलाद ने फड़ी हो, फिर भी माँ आखे असी 10वें पातशाह जी दियां पुत्रियां सानू अपना धर्म प्यारा। तो वह माँ साध संगत जी असल च जानती भी इस अमृत का सिखी का मुल की है, आपां तो बेनतियां करनियां पैंदियां ना भी अमृत छको जी, तुसीं अमृत छको जी। जन्म सफला छकण वाले का होना,
ਛਕਣ ਵਾਲੇ ਦਾ ਜਨਮ ਸਫਲਾ ਹੋਵੇਗਾ, ਪਰ ਫਿਰ ਵੀ ਆਪਾਂ ਨੂੰ ਬੇਨਤੀਆਂ ਕਰਨੀਆਂ ਪੈਂਦੀਆਂ, ਕਿਉਂਕਿ ਚਲੋ ਪ੍ਰੇਰਨਾ ਦੇਣੀ ਇਹ ਕੋਈ ਪਾਪ ਨਹੀਂ ਹੁੰਦਾ, ਕੋਈ ਕਿਰਾਇਤ ਨਹੀਂ, ਕਿਉਂਕਿ ਜਿੰਨੀ ਦੇਰ ਆਪਾਂ ਨੂੰ ਮਹਾਨਤਾ ਦਾ ਪਤਾ ਨਾ ਲੱਗੇਗਾ ਉਨੀ ਦੇਰ ਸ਼ਾਇਦ ਆਪਣਾ ਮਨ ਵੀ ਤਿਆਰ ਨਹੀਂ ਹੋਵੇਗਾ। ਦੇਖੋ ਬਰਤਨ ਵੇਚਣ ਵਾਲਾ ਆਉਂਦਾ ਨਾ ਅਤੇ ਉਹ ਪਹਿਲਾਂ ਬਰਤਨ ਦੀਆਂ ਸਿਫਤਾਂ ਕਰਦਾ, ਉਹ ਟਣਕਾ ਕੇ ਕਹਿੰਦਾ ਜੀ ਆਹ ਕੱਚ ਦੀਆਂ ਗਲਾਸੀਆਂ ਵੇਚਦੇ ਫਿਰਦੇ ਹੁੰਦੇ ਗੁਰਮੁਖ, ਉਹ ਐਂ ਹੱਥ 'ਤੇ ਮਾਰ ਮਾਰ ਕੇ ਕਹਿੰਦੇ ਆ ਦੇਖੋ ਜੀ ਕਦੇ ਟੁੱਟ ਨਹੀਂ ਸਕਦੀ, ਇਹ ਬਹੁਤ ਸੋਹਣੀਆਂ ਜੀ ਅਤੇ ਅਸੀਂ ਆਪਣੇ ਘਰ ਵਰਤਦੇ ਹਾਂ। ਸਿਫਤ ਸੁਣ ਕੇ ਬੰਦੇ ਦਾ ਮਨ ਕਰ ਆਉਂਦਾ ਚਲੋ ਲੈ ਲਓ, ਫਿਰ ਆਹ ਬਸਤਰ ਲੈਣ ਵਾਸਤੇ ਆਪਾਂ ਬਜਾਜੀ ਦੀ ਦੁਕਾਨ 'ਤੇ ਜਾਣੇ, ਉਹ ਕਹੇਗਾ ਕਹਿੰਦਾ ਜੀ ਇਹਨੂੰ ਛੀਂਡਾ ਹੀ ਨਹੀਂ ਪੈ ਸਕਦਾ, ਇਹਦਾ ਰੰਗ ਨਹੀਂ ਕਦੇ ਉਤਰਨਾ ਹੈ, ਅਤੇ ਅਸੀਂ ਵਰਤ ਕੇ ਦੇਖਿਆ ਜੀ ਮੇਰੀ ਗਰੰਟੀ ਆ ਤਾਂ ਸਭ ਤੋਂ ਵਧੀਆ, ਜਿਹਨੂੰ ਤੁਸੀਂ ਹੱਥ ਲਾ ਦਿੱਤਾ ਉਹ ਸਿਫਤਾਂ ਕਰਦਾ, ਫਿਰ ਆਪਾਂ ਕੱਪੜਾ ਖਰੀਦਦੇ ਹਾਂ। ਕੋਈ ਵੀ ਵਸਤੂ ਤੁਸੀਂ ਫਰਨੀਚਰ ਲੈਣ ਵਾਸਤੇ ਜਾਓ ਉਹਦੀਆਂ ਪਹਿਲਾਂ ਸਿਫਤਾਂ ਹੋਣਗੀਆਂ। ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਦੀ ਸਿਫਤ ਕਰਨੀ ਸਾਡੀ ਡਿਊਟੀ ਹੈ, ਪਰ ਭਲਾ ਛਕਣ ਵਾਲੇ ਦਾ ਹੀ ਹੋਣਾ ਇਹ ਯਾਦ ਰੱਖਣਾ, ਛਕਾਂਗੇ ਤੇ ਹੀ ਆਪਣਾ ਭਲਾ ਹੋਵੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਐਸੀ ਕਿਰਪਾ ਕਰ ਦਿੱਤੀ ਹੈ ਇਸ ਦਾਤ ਵਿੱਚ ਭਈ ਜਿਸ ਨੂੰ ਸਤਸੰਗ ਦੀ ਰਸਨਾ ਕਥਨ ਕਰਕੇ ਨਹੀਂ ਦੱਸ ਸਕਦੇ। ਕੰਵਰ ਅਜੀਤ ਸਿੰਘ ਜੀ ਪਟਿਆਲੇ ਵਾਲਿਆਂ ਦਾ ਇੱਕ ਲਿਖਿਆ ਹੋਇਆ ਬਚਨ ਹੈ ਮੇਰੇ ਕੋਲੇ, ਪੋਥੀ ਪਈ ਹੈ ਉਹਨਾਂ ਦੀ, ਉਹ ਬਹੁਤ ਗੁਰਮੁਖ ਨੇ, ਉਹਨਾਂ ਨੇ ਬਹੁਤ ਕੁਝ ਲਿਖਿਆ ਔਰ ਫਰੀ ਲਿਟਰੇਚਰ ਉਹ ਬਣਦੇ ਨੇ ਗੁਰਮਤ ਦੇ ਪ੍ਰਚਾਰ ਵਾਸਤੇ। ਉਹਨਾਂ ਨੇ ਇੱਕ ਘਟਨਾ ਲਿਖੀ ਮੈਨੂੰ ਯਾਦ ਆ ਗਈ, ਉਹ ਕਹਿੰਦੇ ਨੇ ਕੰਧ ਸਾਹਿਬ ਬਟਾਲੇ ਤੋਂ ਇੱਕ ਰਾਗੀ ਜਥਾ ਇੱਕ ਵਾਰ ਪੰਜਾਬੋਂ ਬਾਹਰ ਕੀਰਤਨ ਕਰਨ ਵਾਸਤੇ ਗਿਆ ਸੀ, ਕਮੇਟੀ ਵਾਲਿਆਂ ਨੇ ਭੇਜਿਆ। ਉਹਨਾਂ ਦੇ ਜਿਹੜੇ ਮੁੱਖ ਰਾਗੀ ਸਨ ਉਹਨਾਂ ਦਾ ਨਾਂ ਸੀ ਗਿਆਨੀ ਗੁਰਬਚਨ ਸਿੰਘ ਜੀ। ਉਹ ਸਤਸੰਗ ਜੀ ਜਦੋਂ ਗਏ ਉੱਥੇ ਉਹਨਾਂ ਨੇ ਕੀਰਤਨ ਕੀਤਾ, ਉਹ ਕੀਰਤਨ ਸੁਣਨ ਵਾਲਿਆਂ ਵਿੱਚ ਇੱਕ ਮਾਈ ਆਉਂਦੀ ਸੀ ਜਿਹੜੀ ਹਿੰਦੂ ਧਰਮ ਨਾਲ ਸੰਬੰਧ ਰੱਖਦੀ ਹੈ, ਸਨਾਤਨੀ ਪਰਿਵਾਰ ਵਿੱਚੋਂ ਆ, ਆਰੀਆ ਸਮਾਜੀਆਂ ਵਿੱਚੋਂ ਹੈ, ਪਰ ਹੈ ਉਹ ਨੇਕ ਹੈ ਭਲੀ ਹੈ। ਉਹਨੇ ਕੀਰਤਨ ਸੁਣਿਆ, ਉਹਨੂੰ ਰਾਸ ਆਇਆ, ਉਹਦਾ ਨਾਮ ਸੀ ਧਨਦੇਈ। ਧਨਦੇਈ ਨੇ ਇੱਕ ਦਿਨ ਉਹਨਾਂ ਰਾਗੀ ਸਿੰਘਾਂ ਨੂੰ ਬੇਨਤੀ ਕੀਤੀ ਗਿਆਨੀ ਗੁਰਬਚਨ ਸਿੰਘ ਜੀ ਨੂੰ, ਜੀ ਜਿਹੜਾ ਤੁਸੀਂ ਕੀਰਤਨ ਇੱਥੇ ਕਰਦੇ ਆ ਗੁਰਦੁਆਰਾ ਸਾਹਿਬ ਵਿੱਚ, ਇਹ ਤੁਸੀਂ ਮੇਰੇ ਘਰ ਕਰ ਸਕਦੇ ਆ। ਅਤੇ ਰਾਗੀ ਜੀ ਨੇ ਆਖਿਆ ਜੀ ਇਹ ਪ੍ਰਬੰਧਕਾਂ ਨਾਲ ਗੱਲ ਕਰ ਲਓ ਤੁਸੀਂ ਮਾਤਾ ਜੀ, ਜੇ ਉਹਨਾਂ ਨੂੰ ਕੋਈ ਇਤਰਾਜ਼ ਨਾ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ। ਉਹ ਰੋਜ਼ ਆਉਣ ਵਾਲੀ ਸੀ ਗੁਰਦੁਆਰਾ ਸਾਹਿਬ, ਉਹਨੇ ਸਕੱਤਰ ਸਾਹਿਬ ਨਾਲ ਗੱਲ ਕੀਤੀ, ਉਹ ਕਹਿੰਦੇ ਸਾਨੂੰ ਕੀ ਇਤਰਾਜ਼ ਹੈ ਜੀ, ਗੁਰਬਾਣੀ ਦਾ ਕੀਰਤਨ ਕਰਨਾ ਤੁਸੀਂ ਆਪਣੇ ਘਰੇ ਕਰਵਾਓ ਭਾਵੇਂ ਜਾ ਕੇ। ਉਹ ਮਾਈ ਧਨਦੇਈ ਗੁਰਦੁਆਰਾ ਸਾਹਿਬ ਤੋਂ ਦਰੀਆਂ ਲੈ ਗਈ, ਚਾਦਰਾਂ ਲੈ ਗਈ, ਜਾ ਕੇ ਵਿਛਾਈ ਕੀਤੀ ਅਤੇ ਫਿਰ ਉਹਨਾਂ ਨੂੰ ਲੈਣ ਵਾਸਤੇ ਆਈ ਆਪਣੇ ਘਰੇ। ਉਹਨੇ ਆਪਣੀ ਬਰਾਦਰੀ ਸਾਰੇ ਗਲੀ ਮੁਹੱਲੇ ਦੇ ਲੋਕ ਇਕੱਠੇ ਕੀਤੇ, ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਬੜਾ ਆਨੰਦ ਸਾਰਿਆਂ ਨੇ ਮਾਣਿਆ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਉਹ ਧਨਦੇਈ ਮਾਤਾ ਕਹਿਣ ਲੱਗੀ ਗਿਆਨੀ ਗੁਰਬਚਨ ਸਿੰਘ ਜੀ ਨੂੰ ਵੀ ਤੁਸੀਂ ਜੀ ਮੈਨੂੰ ਕੋਈ ਗੁਰਮੰਤਰ ਦੇ ਕੇ ਜਾਓ, ਮੈਨੂੰ ਬਹੁਤ ਆਨੰਦ ਆਇਆ ਤੁਹਾਡੀ ਵਿਆਖਿਆ ਸੁਣ ਕੇ, ਤੁਹਾਡਾ ਕੀਰਤਨ ਸੁਣ ਕੇ, ਅਤੇ ਤੁਸੀਂ ਮੇਰੇ 'ਤੇ ਕਿਰਪਾ ਕਰੋ ਮੈਨੂੰ ਕੋਈ ਗੁਰਮੰਤਰ ਦੇ ਕੇ ਜਾਓ। ਉਹ ਕਹਿੰਦੇ ਮਾਤਾ ਜੀ ਸਾਡੇ ਗੁਰਮਤ ਵਿੱਚ ਇਹ ਮਰਿਆਦਾ ਨਹੀਂ ਹੈ, ਕੋਈ ਸਿੱਖ ਕਿਸੇ ਨੂੰ ਗੁਰਮੰਤਰ ਨਹੀਂ ਦੇ ਸਕਦਾ, ਗੁਰਮੰਤਰ ਪੰਜ ਪਿਆਰੇ ਹੀ ਦਿੰਦੇ ਨੇ, ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਇਹ ਮਰਿਆਦਾ, ਅਸੀਂ ਗੁਰਮੰਤਰ ਨਹੀਂ ਦੇ ਸਕਦੇ। ਉਹ ਕਹਿੰਦੀ ਨਾ ਜੀ ਨਾ, ਤੁਹਾਨੂੰ ਤਾਂ ਮੈਨੂੰ ਕੁਝ ਕਹਿ ਕੇ ਜਾਣਾ ਪੈਣਾ, ਕੁਝ ਮੈਨੂੰ ਦੱਸ ਦਿਓ ਜਿਹੜਾ ਮੈਂ ਜਪਿਆ ਕਰਾਂ, ਤੁਹਾਨੂੰ ਦੇਣਾ ਪੈਣਾ। ਜਦੋਂ ਬਹੁਤ ਜਿੱਦ ਕੀਤੀ ਉਹ ਕਹਿੰਦੇ ਚਲੋ ਠੀਕ ਹੈ ਮਾਤਾ, ਫਿਰ ਤੂੰ ਆਹ ਮੂਲ ਮੰਤਰ ਹੈ ਇਹਦਾ ਪਾਠ ਕਰਿਆ ਕਰ। ਉਹਦੀ 11 ਸਾਲ ਦੀ ਪੋਤਰੀ ਸੀ ਧਨਦੇਈ ਦੀ, ਉਹਨੂੰ ਹਿੰਦੀ ਵਿੱਚ ਮੂਲ ਮੰਤਰ ਲਿਖ ਕੇ ਦਿੱਤਾ ਗਿਆਨੀ ਗੁਰਬਚਨ ਸਿੰਘ ਜੀ ਨੇ। 5-7 ਵਾਰੀ ਉਹਨਾਂ ਨੂੰ ਆਪਣੇ ਪਿੱਛੇ ਪਿੱਛੇ ਬੁਲਾਇਆ, ਜਦੋਂ ਬੋਲਣਾ ਆ ਗਿਆ ਤਾਂ ਉਹਨਾਂ ਕਹਾਂ ਲਓ ਮਾਤਾ ਜੀ ਤੁਸੀਂ ਆਹ ਕਰ ਲਿਆ ਕਰੋ, ਗੁਰਮੰਤਰ ਨਹੀਂ ਅਸੀਂ ਦੇ ਸਕਦੇ ਪਰ ਆਹ ਮੂਲ ਮੰਤਰ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ, ਉਹ ਆਪਣੇ ਮੁੱਖ ਤੋਂ ਉਚਾਰਨ ਕੀਤਾ, ਇਹਨੂੰ ਜਪੋਗੇ ਇਹਨੂੰ ਪੜੋਗੇ ਤੁਹਾਡਾ ਭਲਾ ਹੋਵੇਗਾ। ਅੱਛਾ ਹੁਣ ਉਹ ਚੰਗੇ ਖਿਆਲਾਂ ਦੀ ਸੀ, ਚੰਗੇ ਸੰਸਕਾਰ ਸਨ, ਉਹਨੇ ਜਪਣਾ ਸ਼ੁਰੂ ਕਰ ਦਿੱਤਾ ਜੀ, ਜਪਦੀ ਰਹੀ। ਇੱਕ ਦਿਨ ਸਮਾਂ ਆਇਆ ਅਤੇ ਚੜ੍ਹਾਈ ਕਰ ਗਈ, ਚੜ੍ਹਾਈ ਕਰ ਗਈ, ਉਹਦਾ ਸਰੀਰ ਲੈ ਕੇ ਅੰਤਮ ਸੰਸਕਾਰ ਵਾਸਤੇ ਜਾ ਰਹੇ ਸਨ। ਇਹ ਕੰਵਰ ਅਜੀਤ ਸਿੰਘ ਜੀ ਨੇ ਪੋਥੀ 'ਤੇ ਲਿਖਿਆ, ਅਤੇ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ 1953 ਦੇ ਲਾਗੇ ਬੰਨੇ ਦੀ ਗੱਲਬਾਤ ਹੈ, ਕੰਧ ਸਾਹਿਬ ਤੋਂ ਰਾਗੀ ਜਥਾ ਗਿਆ ਸੀ ਬਟਾਲੇ ਤੋਂ। ਉਹ ਚੜ੍ਹਾਈ ਕਰ ਗਈ, ਉਹਦਾ ਅੰਤਮ ਸੰਸਕਾਰ ਕਰਨ ਵਾਸਤੇ ਲੈ ਕੇ ਜਾ ਰਹੇ ਸਨ, ਅਤੇ ਰਸਤੇ ਵਿੱਚ ਪਹੁੰਚੇ ਅਤੇ ਉਹ ਮਾਤਾ ਉੱਠ ਕੇ ਬੈਠ ਗਏ। ਅੱਜ ਕੱਲ੍ਹ ਬਹੁਤ ਲੋਕ ਮੋਡਰੇਟ ਨੇ, ਤਰਕ ਕਰਦੇ ਨੇ ਬਹੁਤ, ਪਰ ਮੈਂ ਤਾਂ ਨਾਲ ਇਹ ਹਵਾਲਾ ਦੇ ਦਿੱਤਾ ਵੀ ਇਹ ਕੰਵਰ ਅਜੀਤ ਸਿੰਘ ਹੁਣਾਂ ਦੀ ਲਿਖੀ ਹੋਈ ਸੱਚੀ ਘਟਨਾ ਹੈ, ਰਾਗੀ ਸਿੰਘਾਂ ਦੇ ਨਾਲ ਜੋ ਬੀਤੀ। ਉਹ ਜਦੋਂ ਮਾਈ ਉੱਠ ਕੇ ਬੈਠੀ, ਰੌਲਾ ਪੈ ਗਿਆ, ਸਾਰਿਆਂ ਥੱਲੇ ਰੱਖ ਦਿੱਤੇ, ਉਹਦੇ ਨਾਲ ਗੱਲਾਂ ਲੱਗ ਪਏ ਕਰਨ, ਉਹ ਕਹਿੰਦੀ ਵੀ ਗੱਲਾਂ ਬਾਤਾਂ ਬਾਅਦ 'ਚ, ਪਹਿਲਾਂ ਘਰੇ ਲੈ ਕੇ ਚੱਲੋ ਮੈਨੂੰ ਮੋੜ ਕੇ। ਉਹਨੂੰ ਘਰ ਲੈ ਆਏ ਧਨਦੇਈ ਨੂੰ, ਉਹ ਕਹਿੰਦੇ ਵੀ ਗੱਲ ਦੱਸ, ਉਹ ਕਹਿੰਦੀ ਗੱਲ ਮੈਂ ਦੱਸਾਂਗੀ ਬਾਅਦ 'ਚ, ਪਹਿਲਾਂ ਤੁਸੀਂ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਬੁਲਾ ਕੇ ਲਿਆਓ। ਉਸ ਸੈਕਟਰੀ ਸਾਹਿਬ ਨੂੰ ਸੱਦ ਕੇ ਲਿਆਂਦਾ, ਉਹ ਕਹਿਣ ਲੱਗੀ ਦੇਖੋ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਈ ਮੈਨੂੰ ਤੁਸੀਂ 5 ਪਿਆਰਿਆਂ ਦਾ ਪ੍ਰਬੰਧ ਕਰਕੇ ਅਤੇ ਅੰਮ੍ਰਿਤ ਛਕਾਓ। ਉਹ ਗੁਰਦੁਆਰਾ ਸੈਕਟਰੀ ਸਾਹਿਬ ਕਹਿਣ ਲੱਗੇ ਵੀ ਮਾਤਾ ਜੀ ਦੇਖੋ ਤੁਹਾਡਾ ਸੰਬੰਧ ਜਿਹਨਾਂ ਜਿਸ ਪਰਿਵਾਰ ਨਾਲ ਆ ਉਹ ਇਤਰਾਜ਼ ਕਰਨਗੇ, ਅੰਮ੍ਰਿਤ ਛਕਣ ਦੀ ਸਾਰਿਆਂ ਨੂੰ ਖੁੱਲ੍ਹ ਹੈ, ਜਿਹੜਾ ਮਰਜ਼ੀ ਛਕੇ ਆਪਣਾ ਜਨਮ ਸਫਲਾ ਕਰੇ, ਪਰ ਮੈਂ ਇਵੇਂ ਆਪਣੀ ਮਰਜ਼ੀ ਨਾਲ ਕਰ ਨਹੀਂ ਸਕਦਾ। ਉਹ ਕਹਿੰਦੀ ਠੀਕ ਆ, ਸਾਰੇ ਹੀ ਬੈਠੇ ਨੇ
इस वेले मेरा परिवार मेरी बरादरी कोल है, किसी नूं की इतराज है? जो कोई इतराज करेगा तुसीं मना कर दिओ। उन्होंने पूछा जी तुहानूं कोई इतराज नहीं? वह कहिंदे ना जी सानूं की इतराज है, असीं तां अज इहदे नाल गलबात करनी है। भी माता नूं तां लई जांदे सां, संस्कार करनी तां उठ के बैठ गई, जे इह कहिंदी है सानूं कोई इतराज नहीं। सैकटरी साहब ने फिर प्रबंध किया, माता ने अमृत छकिया, उहदा नाम रख्या धन कौर। फिर उन्होंने पूछा हुण दस माता भई इह गल की बनी, तूं तां चढ़ाई कर गई सी, तेरा ते अंतम संस्कार करने वास्ते लई जांदे सन। उस माता ने जो बोल के दस्या सी, संखेप रूप मैं बेनती कर लगा, जो उन्होंने लिखिया कमरजीत सिंह जी पटियाले वालिया ने, वो कहिंदे माता धन कौर ने आखिया देखो मैं तां शरीर छड्ड गई सां, पर जिथे मैं गई, क्योंकि परोपकारी सी, चंगी सी, नेक सी, पहला ही गई चंगे ही थां ते सी, पर कहिंदी मैं आखिया नहीं मैं तां सचखंड जाणा, जे मैं इत्थे नहीं रहना। जदों जिद कीती, वो कहिंदे ठीक है असीं तैनूं सचखंड नहीं माता लिजा सकते। उन्हें आखिया नहीं मैं इत्थे रहना ही नहीं, मैनू सचखंड ही तुसीं भेजो, क्योंकि वह मूल मंत्र करती सी, कुछ गुरु साहब जी ने कृपा की। चलो जी, वह उन्होंने सचखंड पहुँचाए। जो तो सचखंड गई तो उन्होंने आख्या भई माता जी इत्थे तुसीं रह नहीं सकते, तुसीं नेक जे भले जे तुसीं मूल मंत्र जपया ठीक है, तुसीं आ गए जे, पर इत्थे रह नहीं सकते, इत्थों के कुछ नियम ने, इत्थों की कुछ मर्यादा। उन्हें आख्या जी दसो, उत्थों हुक्म होया भी तू वापस जा, अमृत की दात प्राप्त कर, ढाई साल फिर तू मूल मंत्र का गुरमंत्र का अभ्यास कर, तो फिर सदा वास्ते तू इत्थे ही अकाल पुरख वाहिगुरु के सरूप में भेद हो जाएगी। वो कहिंदी मेरे को ढाई साल का समा है, तो हुण मेरा गल्लां विच समा बर्बाद ना करो, मैनू अपना काम कर दिओ। तो वह उस साध संगत जी वाकई वो ढाई साल उन्हें कढ़े, पर उहदे दुबारा चढ़ाई करन तो बाद पहला ज्ञानी गुरबचन सिंह जी दुबारा उत्थे गए कीर्तन वास्ते, फिर ड्यूटी लगी उन्हां दी, जिवें हरिमंदर साहब तो सिंघां दीआं ड्यूटियां लगदियां सारे पंजाबों बाहर सारे हिंदुस्तान च। वो दोबारा गए तो उन्होंने सुते सिद्ध जाके बचन किया, आख्या जी वो जी माता बड़ी जिद करती होंगी सी, कहती सी गुरमंत्र दिओ गुरमंत्र दिओ, भाई वह हाल है? वो कहते क्या नहीं जी तो अनुदा पता नहीं, वो तो कमाल ही हो गई। वो कहते जी सानू की पता, कहते आओ फिर वो घरे तो लैके चलते हैं। जदों उन्होंने ज्ञानी गुरबचन सिंह जी के जथे गुरुद्वारे वाले सिंह इकट्ठे होकर माता धन कौर के घर में लई जाते सन, उन्होंने लिखा भी वह घर नीवे थान पर सी, गली उपरों थले उतरती सी, जदों वह चढ़ाई उतरते पे सन तो उदी पोतरी जिन्हों मूल मंत्र उन्होंने लिख के दिता सी, उन्हें बाहर खेड़ी ने वेख लिया, तो रौला पाता माता तेरे गुरु आ गए, बेबे तेरे गुरु आ गए। वो कहिंदे भी असीं आखा नहीं नहीं पोते इदा नहीं आखीदा, असीं गुरु नहीं, गुरु सारिया के गुरु ग्रंथ साहिब महाराज है। पर चलो उन्होंने अपनी बोली सी। वह माता बड़ी खुश होकर आई, उन्हें बड़ा उन्होंने सत्कार किया, बिठाया उन्होंने, कहती तुम मेरा जन्म सफल है। वह कहते माता पर असी तो कुछ होर गल सुनी है, वह दस सानू भी किवें किवें होया। उस वेले माता धन कौर ने साध संगत जी सारी वार्ता दसी सी, भी मैं महाराज जी के सरूप च अभेद हो के उस अभेदता का आनंद मानना चाहती स, पर बिना अमृत छके तो उत्थे टिक नहीं सकती, क्योंकि यह मर्यादा बना दी महाराज सच्चे पातशाह जी ने। इस करके मैं ढाई साल वास्ते आई हाँ, कुछ समा बतीत हो गया, जोड़ा बाकी मेरा रहा वह चले जाना। वो हैरान होए, बहुत हैरान होए, आने लगे कमेटी कह के आए भी जे इन्हें वाकई अपने दसे समय से चढ़ाई कर दी तो सू चिट्ठी पायो, क्योंकि उदो चिट्ठिया ही पैदा सी, भी तुसी सानू चिट्ठी पा के दसना भी वाकई माता धन कौर उस समय से चढ़ाई कर गई। उन्होंने फिर कहें चिट्ठी, वह कंवर अजीत सिंह जी कहें मैं उन्होंने मिलिया, उन्होंने गलबात की, सारा कुछ उन्होंने मैंने आप दसिया, कहें फिर सानू चिट्ठी आई, जिहड़ा समा माता धन कौर ने दिता से उस ही समय से माता ने चढ़ाई की। यह असर से साध संगत जी अमृत की दात जिहड़ी सच्चे पातशाह जी ने कृपा करके आपां नूं दित्ती। जिस दिन पहले दिन पंजां प्यारिआं ने अमृत प्राप्त किया ना जी, सिर मंगे से कलगीधर पातशाह जी ने, सिर आख्या सी भी साड़ी इस श्री साहब की प्यास बुझाने वास्ते सारे सिखां विचों सानू एक सिर चाहिए। विद्वान पुरश कहिंदे 80,000 का इकट्ठ सी, एक गुरमुख प्यारा उठिया सी जिन्हों महाराज सच्चे पातशाह जी लैके बांह फड़ के स्टेज पर आए थे, तो पूछा तेरा नाम? उन्हें आख्या जी दया राम। मां ने आख्या कमाल हो गई है, जिहड़ा कार्ज असीं कर लगे हाँ इहदे च दया बहुत जरूरी सी, आ जा भाई तू। सिर उहदा साध संगत जी वखरा कीता धड़ तों, महाराज जी ने फिर आख्या अजे नहीं जी गल बनी, अजे साडी श्री साहब की प्यास नहीं मिटी गुरमुखो, एक सिर कोई गुरु वास्ते धर्म वास्ते होर देवे। ते फिर भाई धर्मचंद जी उठे सन, पूछया तेरा की नाम है? आख्या जी धर्मचंद। महाराज ने आख्या बस जिहड़ा धर्म का कार्ज कर लगे हैं तेरा आना भी बहुत जरूरी सी। विद्वान कहिंदे यके बाद दीगरे पांच सिर कलगीधर पातशाह जी ने लए, अपने आत्मक बल नाल साध संगत जी सुरजीत किया उन्होंने। अज तो साढ़े वीर कहिंदे ना जी हो नहीं सकता जी, अंदर तो ऐं कर दिता सी, उह कर दिता सी। गुरु साहब जी की बाणी पढ़न वाले हो, संत ज्ञानी करतार सिंह जी खालसा जी का यह इलाका, उन्होंने इतने बीड़ बाबा बुढ़ा साहब की स्टेज पर यह गल आखी सी, एक गुरमुख विद्वान के मूँह से जिन्हें यह गल बोली सी, भई गुरमुखो
महाराज सिखां दे सिर नहीं वढ़दे। गुरु साहब जी ने अंदर बकरे वढ़े ते उंज आख दिता जी मैं सिख दे सिर वढ़े। ते संत बाबा करतार सिंह जी ने आख्या सी गुरमुखो जिस कौम दा जिस पंथ दा गुरु फरेबी झूठा ते छलिया होवे उहदा 7 ते 9 साल दा पुत्तर कदी नीयां च खलो के नहीं कह सकदा मेरा सिर जावे तां जावे मेरा सिखी सिदक ना जावे। जे कलगीधर पातशाह जी ने आख्या सिख दा सिर चाहिदा है ते गुरु ने सिख दा ही सिर सा संग जी लिया क्योंकि महाराज दा अपना वचन है बोलिए सच धर्म झूठ ना बोलिए। गुरु साहब कहिंदे धर्मी बंदे दी निशानी है गुरमुखो सच बोलना चाहिदा बिल्कुल सिर ते भी आ जिंदगी दी भी ते भी आन बने ते गुरु का सिख झूठ ना बोले। गुरु किवें झूठ बोल सकदा। संतां ने आख्या इन्हां ने बोल दिता विद्वानां ने पर ये बाणी कोई नहीं पढ़ते। अगर बाणी पढ़ते होंगे इन्हें पता लग जाता सतगुरु मेरा मार जी वाल है सतगुरु मेरा सर्वप्रतपाल है। गुरु वो शक्ति है जिहड़ी मार के जिंदा कर सकती। चलो गुरु साहब जी गल तो आप एक पाली पासे रख लीए आ बाबा दीप सिंह जी का नगर है। साढ़े वीर तो यह भी नहीं मानते भी बाबा जी ने सीस अपनी तली ते रखिया सी वो तो कहिंदे जी टक लगा सी ते हुण हथ दा आसरा दे लिया। अच्छा इन्ना क टक लगा सी भी मतलब आपां नूं आसरा देना पिया बाबा जी नूं ये कहना पिया आपां नूं भी बाबा जी नूं आसरा देना पिया। किसी की गर्दन में इन्ना क टक ला दियो भई उन्हें 3 मील आसरा दे के एक हाथ ना खंडा फड़ के 18 सेर का लड़ना पवे ये सिर्फ कह ही देंदे ने क्योंकि अंदरों विश्वास जिन्हां का कच्चा है उन्हें को तेरे तेरी गर्दन तो छड़ी तेरी लत जां बांह नूं उन्ना क डिंगा डूंगा टक ला देने जिन्हों हाथ का आसरा देना पवे तू 3 मील खाली तुर के विखाल दे तेनू मर जाएंगे। बाबा जी तो 3 मील खंडा वाहुंदे गए तो फिर भी आखी जाते इदा नहीं हो सकता। बाबा दीप सिंह जी ने जिहड़ी जिस कला करके जिस शक्ति करके अपना लत्था होया सीस अपनी तली ते टका लिया गुरमुखो अमृत की शक्ति सी जिहड़ा कलगीधर पातशाह जी दे कर कमलों तो प्राप्त किया उन्होंने उस अमृत करके ही। दूसरे बन्ने जिहड़ा जिहदे नाल मुकाबला आया बाबा जी का कोई घट सूरमा नहीं सी 28 साल का नौजवान पठान है जिहड़ा बाबा दीप सिंह जी का रस्ता रोकण वास्ते आया सी। किन्ना कु योधा होवेगा जिन्हें वार करके बाबा दीप सिंह जी का सिर धड़ तों वखरा कर दिता। पूरा सूरमा सी उह मन्निया होया लेकिन उहदे च ते बाबा दीप सिंह जी विच सिर्फ यही फर्क सी भई सांझे वार नाल दोनां दे सिर उतर के धरती ते डिगे। पठान पुत्र मुड़ कदी नहीं मां नूं जम्मिया पर बाबा दीप सिंह जी नूं जदों कोलों सिख ने आख्या बाबा दीप सिंह तेरा प्रण कित्थे रहा तू अरदास करके तुरिया मैं अमृतसर आजाद करवा के अपना सीस देना इत्थे डिग पिया जथा जथेदार नाल हुंदा जथेदार शहीदी पा गया तो जथे का की बनेगा। तो बाबा जी ने सुनदिया सारी छड के जकारा सज्जे हथ नत्ती सिर अपनी खब्बी तली ते रख लिया फड़ के खंडा जकारा छड के तुर पए। उसे वेले ये अमृत की शक्ति का ही फर्क सी गुरमुखो क्योंकि दूजे पासे अमृत है नहीं सी सूरमा सी ओ योधा सी जिन्हें बाबा दीप सिंह जी का रस्ता रोकया सी। पर इधरले बन्ने कलगीधर पातशाह जी की वडमुली दात प्राप्त की बाबा दीप सिंह जी ने और असी कोई अन्नी श्रद्धा करके नहीं कहिंदे भई वो बाबा जी दे आपां श्रद्धा रखते हैं प्रेम रखते तां करके। ज्ञानी ज्ञान सिंह जी ने बचन लिखे मैंने याद मैं पिछली बार भी तुहाडे नाल सांझे कीते सन क्योंकि आपां उहनां दी याद मनाउंदे पए हां उहनां दे नगर विच बैठे हैं उहनां लिखिया ज्ञानी ज्ञान सिंह जी ने पंथ प्रकाश विच वो कहिंदे ने चली तेग अंत बेग सिओ दो केर बल धार उतर गए सिर दोनों के परस परे एक सार। वो कहिंदे सिर दोनों के उतरे सन एक सार डिगे सन धरती उत्ते दोनों के उतर के ढिग ते पेख एक सिख ने कहो प्रण तुम्हारा दीप सिंह रहो सुन सिख ते निज प्रण संभारा निज सिर बाम हाथ निज तारा। कहिंदे बाम खब्बे नूं कहिंदे सुन के सिख कोलों ते बाबा दीप सिंह जी ने अपना सिर चक के खब्बी तली ते रख लिया सी ते दाहिने हाथ दा खड़ग करारा वजन जाहे तां सिर 18 ज्ञानी ज्ञान सिंह जी ने लिखिया। कहिंदे सज्जे हाथ विच उहनां दे खंडा सी 18 सिर साध संगत जी उहदा वजन सी आपां नूं 50 ग्राम दी श्री साहिब अगर चकनी पै जाए आपां 20 नखरे करदे हां। 10-10 दिन के 7-7 दिन के प्रोग्राम के बाद बेनतियां करते रहिए ना जी तुम अमृत छको तुहाडा भला हो जाएगा कलगीधर पातशाह जी की गोद का आनंद माणोगे। तो फिर भी जे कोई गुरमुख प्यारा छक लैंदा तो दूजे नूं टिचरां करनिया शुरू कर कहिंदे कृपान लका ली इन्हें ये लमका ली जी हुण इन्हें गल च तो हुण बिल्ली चली जाए 900 चूहा खा के कित्थे हज करन वास्ते। जे 900 चूहा खा के भी बिल्ली हज करन तुर पवे साध संगत जी मैं कहिंदा फिर भी बिल्ली दे वड्डे ही भाग आ बच तां गई ना। माण नाल सिख कह सकदा अमृत छकण तों बाद होएगा खसम ता लेगा राख कोई मेरा मालक होया तो मैनू डुबण नहीं दिंदा मैनू बचावेगा वह क्योंकि मैं अपनी बांह किसी फड़ा दिती है हुण मैं किसी का हो गया ते अज आपां नूं सिर नहीं देना पैंदा। पंजां प्यारिआं ने सीस दे के अमृत लिया सी जे अज आपां नूं इह कहा जांदा ना गुरमुखो उठो अपना सिर दिओ ते फिर अमृत दी दात लो किने फ्री च आपां नूं अमृत मिलदा पिआ ते आपां सोचां सोची जांदे आ किने उठना सी सिर दे के लैणा पैंदा तां
ये भाई दया सिंह धर्म सिंह जी नमस्कार ने उन्होंने पंजा जिन्होंने सीस दे के सत्संग जी अमृत की दात प्राप्त की आपां नूं सीस कोई नहीं देना पैना अमृत हाँ पंथली सीस दी पंथ वास्ते सीस देने की लोड़ पवे तो अमृतधारी देना चाहिए पर उहदी मर्जी है ना देवे लामा कोई नहीं नहीं दिंदा तो कोई लामा नहीं भाई तू दिता क्यों नहीं उन्होंने तो दिता सी ते फिर अमृत प्राप्त किया आपां तो महाराज सच्चे पातशाह जी ने इन्नी बख्शिश नाल नवाजा है भाई तुसी अमृत की दात प्राप्त करो गुरमुखो सवेरे पंज बाणियां पढ़िया करो उठ के कुछ वाहिगुरु का मूल मंत्र का जाप करो शाम नूं रहिरस कीर्तन सोहले का पाठ कर लिया करो ताडा बेड़ा पार हो जाएगा इन्ने विच ही सच्चे पातशाह जी ने अपने उपर कृपा कर दी तो फिर भी सत्संग जी आपां सोचते रहिंदे आ भी चलो हुण नहीं फिर छक लवांगे अगले साल छक लवांगे कई तरह के बहाने आप ही सत्संग जी घड़ लैंदे आ जे नहीं छक कई ये भी कहिंदे आ ये भी एक बार एक ने आख्या वह कहिंदे नहीं जी एवें तुसीं आखी जांदे वह जिहड़ा 13 दिनां दे नूं छकाया सी वह कड़ा अंदरों निकल गया वह मेरे अंदर ही है जिहड़ा छोटे हुंदे नूं छकाया सी हाँ अंदर ही है चलो उहनूं तुसीं पासे रख लो उवें भी गुरु साहिब जी का वचन है नानक अमृत मनै माहे कहिंदे अंदर तेरे हैगा अमृत है अंदर गुरमुखो पर अगला वचन है पाइए गुर प्रसाद गुरु की कृपा बिना उन्हें प्रगट नहीं जे होना अंदर तो रब भी है सारिया के फिर की पाप नहीं होंगे लोग नरकों नहीं तुरे जाते पामरताई नहीं होंगी समाज तो जुलम मिट गया सारिया के अंदर रब है महाराज ने आख्या घट घट मैं हार जू बस है संतन कहो पुकार नवे पातशाह जी के बचन ने कहते हर एक हिरदे च रब है पर जिनी देर प्रगट नहीं होंदा गुरमुखो उन्नी देर अपना स्वार दा कुछ नहीं है सारे दे अंदर ही है अमृत पर उन्हें प्रगट करना पैना प्रगट करने वास्ते एक क्रिया जिहड़ी है वह करनी पैंदी एक प्रक्रिया दोहरानी पैंदी है जिवें धरती चों आपां पानी प्रगट करदे बिल्कुल सीधी मिसाल अपनी पिंडां दी आपां बोर करदे ते पानी धरती चों निकलदा ना आपां नूं पता हुंदा बोर करन तों पहलां भी धरती च पानी है लेकिन जिनी देर प्रगट नहीं हुंदा अपना स्वार दा कुछ नहीं ना आपां पी सकते हैं ना वस्त्र धो सकते हैं ना पशुआं नूं पिला सकते हैं ना खेती सिंज सकते हैं ना इशनान कर सकते हैं धरती च हैगा साडा की स्वार दा हाँ बोर करके उन्हें प्रगट कर लवेंगे फिर भावें प्यास बुझाओ भावें पशुओं को पिलाओ भावें खेती सिंजो भावें वस्त्र धोवो इशनान करो जो मर्जी करते आप क्योंकि प्रगट कर लिया अमृत है अंदर नाम अमृत है सारिया के पर उन्हें प्रगट करने वास्ते साध संगत जी एक बाहरों प्रक्रिया पूरी करनी पैंदी उन्हें कहिंदे खंडे बाटी का अमृत वो छकांगे बाहरला अमृत अंदर जाएगा तो अंदरले नूं प्रगट कर लेगा क्योंकि कोई चीज़ जो प्रक्रिया प्रगट होंगी ना फिर आपो अपन जिम्मे विद्वाना ने आख्या बहुत बार सुनिया होना भी बदल चढ़ के आवे तो मोर पैल पाँगा उमें कदे नहीं पाँगा एक रुत आँदी है तो कोल कूकती तो मिठे जो बूर पैंदा अंबा नूं उदों कोयल साध संगत जी फिर आपां नूं गीत सुणाउंदी उवें नहीं तो फिर भी साडे वीर कई वीर कहिंदे नहीं इहदे नाल की फर्क पै चलिया जी इह ते एवें निशानियां ही ने इह बाहरी निशानियां दा की फर्क पैंदा इहदे नाल की गल ते अंदर दी हाँ ठीक है बिल्कुल अंदर गुण होने चाहिए है कल्ले बाहरले लिबास नाल कोई बहुता ज़्यादा फर्क नहीं पैना पर असल विच बाहरला ते अंदरला दोनों रल के चलणगे ते गल बनेगी असवार पूरा तकड़ा होवेगा कामयाब होवेगा ते फिर ही साध संगत जी पोलो दे मैदान विचों जित के आवेगा जे उहदे कोल घोड़ा भी तकड़ा होया जे असवार तकड़ा होवे घोड़ा कमजोर होवे जित के नहीं जा सकता जे घोड़ा तकड़ा होवे असवार माड़ा होया ते जदों तेज भज्या दौड़ उह डिग पवेगा थल्ले फिर भी उहदी जित नहीं जे होणी जे घोड़ा तकड़ा तो असवार भी तकड़ा हो असवार तकड़ा तो घोड़ा भी तकड़ा चाहिए ता ही जितया जाएगा काम जे बाहरों आप रखांगे तो फिर क्यों क्योंकि ये शरीर वास्ते है बाहरली मर्यादा अंदर महाराज जी ने शुभ गुण दिते ने और बाहरलियां दा ही मतलब सत्संग जी अंदर भी जाएगा आपां ये बहाना नहीं बना सकते भी अंदर शुभ गुण चाहिए ने तो बाहर मैनू की लोड़ है एक उत्थे उत्थों दा जिथे मैं रहिंदा चलो बाहरों आया यूके तो उत्थे दो गुरमुख प्यारे एक फैक्टरी च काम करदे सन एक अमृतधारी है एक अमृतधारी नहीं पर गुरमुख है उदा बहुत चंगे गुणा का मालिक है उत्थे गए ज्ञानी दविंदर सिंह जी उमरपुरे तो हैं दमदीप टकसाल दे विद्वान ने गुरमुख वो कथा करने वास्ते गए 7 दिन का उन्हों का प्रोग्राम सी ते वो अमृतधारी गुरमुख प्यारा रोज़ गुरद्वारा साहब अपने सुभाव अनुसार आया जो उन्होंने कथा सुनी उन्होंने चंगा लगा बड़ा आनंद बनिया उन्होंने अगले दिन जाके फैक्टरी उहदे नाल गल की कहिंदे अज आपां ना समाप्ति करके तां गुरद्वारा साहब जाना उत्थे ज्ञानी दविंदर सिंह जी आए ने ते आपां बड़ा कमाल की कथा चलती पई प्रसंग वधिया आपां सुनना वो जिहड़ा अमृतधारी नहीं सी वह कहिंदा देखो जी तुहानूं पता मेरे को टाइम नहीं हुंदा क्योंकि मैं घरे प्रकाश किया मैं घंटा डेढ़ घंटा सहज पाठ करना हुंदा जाके इशनान करके वह करके फिर अपना नितनेम करके फिर मेरे को गुरद्वारा साहब जाण जोगा टाइम नहीं वह कहिंदे नहीं जी तुसी आओ मैं तुहानूं दो चार बारी बेनती की पर तुसी टाल दिंदे आ
ਹੁਣ ਕੁਦਰਤੀ ਉਹ ਆਏ ਨੇ ਬਹੁਤ ਵਧੀਆ ਪ੍ਰਕਰਨ ਚੱਲਦਾ ਪਿਆ ਤੁਸੀਂ ਸੁਣੋ ਉਹ ਕਹਿੰਦੇ ਨਹੀਂ ਮੈਂ ਤੁਹਾਨੂੰ ਪਤਾ ਮੈਂ ਮੇਰਾ ਨਿਯਮ ਹੈ ਮੈਂ ਜਾ ਕੇ ਕੁਝ ਅੰਗ ਬਾਣੀ ਦੇ ਪੜ੍ਹਨੇ ਹੁੰਦੇ ਮੈਂ ਜਾ ਨਹੀਂ ਸਕਦਾ ਗੁਰਦੁਆਰਾ ਸਾਹਿਬ ਉਹ ਕਹਿੰਦਾ ਨਹੀਂ ਤੂੰ ਇਉਂ ਕਰ ਵੀ ਅਰਦਾਸ ਕਰਦੇ ਮਹਾਰਾਜ ਦੇ ਅੱਗੇ ਭਾਈ ਜਿੰਨੇ ਦਿਨ ਗੁਰਦੁਆਰਾ ਸਾਹਿਬ ਕਥਾ ਚੱਲਦੀ ਪਈ ਉਨੇ ਦਿਨ ਅਗਰ ਤੂੰ ਸਹਿਜ ਪਾਠ ਨਹੀਂ ਕਰਦਾ ਜਿਹੜਾ ਪਾਪ ਲੱਗਣਾ ਉਹ ਮੈਨੂੰ ਲੱਗ ਜਾਏ ਪਰ ਤੂੰ ਗੁਰਦੁਆਰਾ ਸਾਹਿਬ ਚੱਲ ਇੱਕ ਵਾਰੀ ਫਿਰ ਉਹਨੂੰ ਮੰਨਣਾ ਪਿਆ ਉਹ ਕਹਿੰਦਾ ਚਲੋ ਨਹੀਂ ਆਪਾਂ ਅਰਦਾਸ ਤਾਂ ਨਹੀਂ ਕਰਨੀ ਪਰ ਚਲੋ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਦੋਂ ਗੁਰਦੁਆਰਾ ਸਾਹਿਬ ਆਏ ਐਸਾ ਕੋਈ ਅਕਾਲ ਪੁਰਖ ਵਾਹਿਗੁਰੂ ਨੇ ਨੀਅਤ ਬਣਾ ਦਿੱਤੇ ਜਦੋਂ ਉਹਨਾਂ ਨੇ ਆਣ ਕੇ ਬੈਠ ਕੇ ਕਥਾ ਆਰੰਭ ਕੀਤੀ ਤੇ ਕਥਾ ਚਾਲੀ ਅੰਮ੍ਰਿਤ ਦੇ ਬਾਰੇ ਰਹੀ ਸੀ ਗਿਆਨੀ ਜੀ ਨੇ ਅੰਮ੍ਰਿਤ ਦੀ ਮਹਾਨਤਾ ਦੱਸੀ ਉਹਨਾਂ ਦੱਸਿਆ ਵੀ ਇਸ ਅੰਮ੍ਰਿਤ ਤੋਂ ਬਿਨਾਂ ਜਿਸ ਮਨੁੱਖ ਦਾ ਸਿੱਖਾਂ ਦੇ ਘਰੇ ਜਨਮ ਹੋ ਗਿਆ ਗੁਰਮੁਖ ਉਹਦਾ ਤਾਂ ਨਹੀਂ ਜੇ ਹੋਰ ਕੋਈ ਬਹਾਨਾ ਹੈਗਾ ਔਰ ਇਹਦੀ ਲੋੜ ਕੀ ਆਪਾਂ ਨੂੰ ਆਪਣੇ ਜੀਵਨ ਵਿੱਚ ਗੁਰੂ ਤੋਂ ਬਿਨਾਂ ਆਪਣਾ ਬੇੜਾ ਪਾਰ ਹੋ ਹੀ ਨਹੀਂ ਸਕਦਾ ਜਦੋਂ ਉਹਨਾਂ ਨੇ ਵਿਆਖਿਆ ਕਰਕੇ ਮਹਾਰਾਜ ਜੀ ਦੇ ਸ਼ਬਦਾਂ ਦੀ ਦੱਸੀ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਉਹਦੀਆਂ ਅੱਖਾਂ 'ਚ ਪਾਣੀ ਵਗਣ ਲੱਗ ਪਿਆ ਜਿਹੜਾ ਬੰਦਾ ਪਹਿਲੀ ਵਾਰੀ ਆਇਆ ਸੀ ਜਿਹੜਾ ਕਹਿੰਦਾ ਸੀ ਮੈਂ ਘਰੇ ਪਾਠ ਕਰਦਾ ਹੁੰਦਾ ਮੇਰੇ ਕੋਲ ਗੁਰਦੁਆਰੇ ਜਾਣ ਦਾ ਸਮਾਂ ਨਹੀਂ ਦੇਖੋ ਬਾਣੀ ਪੜ੍ਹਨ ਵਾਲਾ ਸੀ ਉਹ ਜਦੋਂ ਉੱਠ ਕੇ ਗਏ ਤੇ ਉਹ ਕਹਿੰਦਾ ਬਈ ਹੁਣ ਜਿੰਨੇ ਦਿਨ ਇਹ ਰਹਿਣਗੇ ਆਪਾਂ ਗੁਰਦੁਆਰਾ ਸਾਹਿਬ ਆਇਆ ਕਰਨਾ ਤੁਸੀਂ ਮੈਨੂੰ ਨਾਲ ਲੈ ਲਿਆ ਕਰੋ ਉਹ ਆਉਂਦੇ ਰਹੇ ਤੇ ਦੋ ਤਿੰਨ ਕੁ ਦਿਨ ਹੀ ਲੰਘੇ ਸੀ ਤਾਂ ਉਹਨੇ ਉਹ ਕਹਿੰਦਾ ਬਈ ਮੇਰੇ ਅੰਮ੍ਰਿਤ ਛਕਣ ਦਾ ਪ੍ਰਬੰਧ ਕਰੋ ਉਹ ਹੱਸ ਪਏ ਕਹਿੰਦੇ ਤੁਸੀਂ ਤਾਂ ਕਹਿੰਦੇ ਸੀ ਵੀ ਮੈਂ ਬਾਣੀ ਪੜ੍ਹਦਾ ਆਪਣੀ ਧਰਮ ਦੀ ਕਿਰਤ ਕਰਦਾ ਨਿਤਨੇਮ ਵੀ ਕਰਦਾ ਸਹਿਜ ਪਾਠ ਮੇਰਾ ਰੋਜ਼ ਚੱਲਦਾ ਮੈਨੂੰ ਅੰਮ੍ਰਿਤ ਦੀ ਕੀ ਜ਼ਰੂਰਤ ਕਿਉਂਕਿ ਪਹਿਲਾਂ ਮੈਨੂੰ ਕਹਿੰਦੇ ਰਹਿੰਦੇ ਸੀ ਤੂੰ ਅੰਮ੍ਰਿਤ ਛਕ ਲੈ ਜੇ ਤੂੰ ਐਡਾ ਨੇਕ ਹੈ ਭਲਾ ਤੇ ਭਾਈ ਇੰਨੀ ਕੁ ਕਸਰ ਹੈ ਪੂਰੀ ਕਰੋ ਕਹਿੰਦਾ ਜ਼ਰੂਰਤ ਹੀ ਨਹੀਂ ਹੈਗੀ ਆਪਾਂ ਨੂੰ ਮੈਂ ਕਿਸੇ ਦਾ ਹੱਕ ਨਹੀਂ ਖਾਂਦਾ ਝੂਠ ਨਹੀਂ ਬੋਲਦਾ ਚੋਰੀ ਨਹੀਂ ਕਰਦਾ ਮੈਂ ਕਿਸੇ ਡਾਕਾ ਨਹੀਂ ਮਾਰਦਾ ਆਪਣੀ ਕਿਰਤ ਕਰਦਾ ਪਿਆ ਘਰੇ ਪ੍ਰਕਾਸ਼ ਕੀਤਾ ਮਹਾਰਾਜ ਦਾ ਸਹਿਜ ਪਾਠ ਮੇਰਾ ਚੱਲਦਾ ਪਿਆ ਨਿਤਨੇਮੀ ਮੈਂ ਹਾਂ ਮੈਨੂੰ ਜ਼ਰੂਰਤ ਕੀ ਹੈ ਅੱਜ ਕੀ ਲੋੜ ਪੈ ਗਈ ਉਹਦੀਆਂ ਅੱਖਾਂ ਫਿਰ ਉਹ ਕਹਿੰਦਾ ਨਹੀਂ ਮੇਰੀ ਬੇਨਤੀ ਹੈ ਵੀ ਮੈਨੂੰ ਅੰਮ੍ਰਿਤ ਛਕਾ ਕੇ ਲਿਆਓ ਫਿਰ ਉਹਨੂੰ ਅੰਮ੍ਰਿਤ ਛਕਾ ਕੇ ਲਿਆਏ ਗੁਰਮੁਖੋ ਮਹਾਨਤਾ ਦਾ ਪਤਾ ਸੰਗਤ ਵਿੱਚ ਆਉਣ ਕਰਕੇ ਹੀ ਲੱਗਣਾ ਆਪਣੇ ਆਪ ਵਿੱਚ ਬੰਦਾ ਨੇਕ ਹੈ ਬਹੁਤ ਚੰਗੀ ਗੱਲ ਹੈ ਭਲਾ ਹੈ ਬਹੁਤ ਚੰਗੀ ਗੱਲ ਹੈ ਕਿਸੇ ਦਾ ਦਿਲ ਨਹੀਂ ਦਿਖਾਉਂਦਾ ਇੱਕ ਚੰਗਾ ਗੁਣ ਹੈ ਉਹ ਚੰਗਾ ਗੁਣ ਤਾਂ ਹਰ ਧਰਮ ਦੇ ਬੰਦੇ 'ਚ ਚਾਹੀਦਾ ਇਹ ਜ਼ਰੂਰੀ ਤਾਂ ਨਹੀਂ ਵੀ ਇਹ ਚੰਗੇ ਗੁਣ ਸਿਰਫ ਸਿੱਖ ਵਿੱਚ ਹੀ ਹੋਣ ਹਰ ਧਰਮ ਦੇ ਬੰਦੇ ਨੂੰ ਨੇਕ ਅਤੇ ਭਲਾ ਪੁਰਸ਼ ਹੋਣਾ ਚਾਹੀਦਾ ਹੈ ਪਰ ਸਿੱਖਾਂ ਦੇ ਘਰੇ ਜਿਹਨੇ ਜਨਮ ਲੈ ਲਿਆ ਗੁਰਮੁਖੋ ਉਹਨੂੰ ਅੰਮ੍ਰਿਤ ਛਕਣਾ ਹੈਵ ਟੂ ਹੋ ਗਿਆ ਮਹਾਰਾਜ ਨੇ ਅਤੀ ਜ਼ਰੂਰੀ ਕਰ ਦਿੱਤਾ ਕਿਉਂਕਿ ਇਹ ਮਰਿਆਦਾ ਬਣਾ ਦਿੱਤੀ ਕਲਗੀਧਰ ਨਹੀਂ ਤਾਂ ਲੋੜ ਨਹੀਂ ਸੀ ਮਹਾਰਾਜ ਜੀ ਨੂੰ ਦੇਖੋ ਆਪਣੀ ਤਵਾਰੀਖ ਹੈ ਪੜ੍ਹ ਲਿਆ ਕਰੋ ਕਦੇ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਤਿਆਰ ਕੀਤਾ ਉਹਨਾਂ ਦੇ ਅੰਦਰੋਂ ਸਾਧ ਸੰਗਤ ਜੀ ਉਹ ਬਾਣੀ ਨੇ ਪਾਣੀ ਉੱਤੇ ਅਸਰ ਕੀਤਾ ਤੇ ਅੰਮ੍ਰਿਤ ਬਣ ਗਿਆ ਜਿਹਨਾਂ ਦੀ ਬਾਣੀ ਬਾਟੇ 'ਚ ਨਜ਼ਰ ਟਿਕਾਉਣ ਕਰਕੇ ਪਾਣੀ ਨੂੰ ਅੰਮ੍ਰਿਤ ਬਣਾ ਦਿੰਦੀ ਉਹਨਾਂ ਨੂੰ ਆਪ ਨੂੰ ਅੰਮ੍ਰਿਤ ਛਕਣ ਦੀ ਜ਼ਰੂਰਤ ਨਹੀਂ ਸੀ ਪਰ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਭਾਈ ਦਇਆ ਸਿੰਘ ਆ ਜਿਹੜੀ ਅੰਮ੍ਰਿਤ ਦੀ ਦਾਤ ਤੁਸੀਂ ਮੇਰੇ ਤੋਂ ਪ੍ਰਾਪਤ ਕੀਤੀ ਹੈ ਹੁਣ ਤੁਸੀਂ ਇਹ ਵੀਰਾ ਸੁੱਖ ਕਹਿੰਦੇ ਨੇ ਮੇਰੀ ਵੀ ਇੱਥੇ ਚੂੜੀ 'ਤੇ ਪਾਓ ਮੈਨੂੰ ਵੀ ਚਾਹੀਦਾ ਇਹ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਇੱਦਾਂ ਨਹੀਂ ਹੋ ਸਕਦਾ ਅੱਜ ਤੱਕ ਦੁਨੀਆਂ ਦੇ ਇਤਿਹਾਸ ਵਿੱਚ ਸਿੱਖ ਨੇ ਗੁਰੂ ਨੂੰ ਕਦੇ ਦੀਖਿਅਤ ਨਹੀਂ ਕੀਤਾ ਗੁਰੂ ਤੋਂ ਦੀਕਸ਼ਾ ਲੈਂਦੇ ਨੇ ਸਿੱਖ ਪਰ ਤੁਸੀਂ ਸਿੱਖ ਤੋਂ ਮੰਗ ਰਹੇ ਮਹਾਰਾਜ ਨੇ ਆਖਿਆ ਬਸ ਭਾਈ ਦਇਆ ਸਿੰਘਾ ਇਹ ਦੇਣਾ ਪੈਣਾ ਤੁਹਾਨੂੰ ਦਿਓ ਨਾ ਮਹਾਰਾਜ ਨਾ ਇਹ ਦਾਤ ਸਿੱਖ ਗੁਰੂ ਤੋਂ ਲੈਂਦੇ ਆ ਸਿੱਖ ਗੁਰੂ ਨੂੰ ਦਿੰਦੇ ਨਹੀਂ ਤੁਸੀਂ ਕਿਵੇਂ ਸਾਡੇ ਤੋਂ ਲੈ ਇਹਦਾ ਮਤਲਬ ਹੈ ਵੀ ਦੇਣ ਵਾਲਾ ਤਾਂ ਗੁਰੂ ਹੋ ਗਿਆ ਨਾ ਫਿਰ ਇੱਦਾਂ ਨਹੀਂ ਹੋ ਸਕਦਾ ਕਲਗੀਧਰ ਪਾਤਸ਼ਾਹ ਨੇ ਆਖਿਆ ਦਇਆ ਸਿੰਘ ਮੈਂ ਕੋਈ ਨਵਾਂ ਕੰਮ ਤਾਂ ਨਹੀਂ ਕੀਤਾ ਮੈਂ ਉਹੀ ਕੀਤਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ ਸੀ ਕਹਿੰਦੇ ਮਹਾਰਾਜ ਕਿਵੇਂ ਕਲਗੀਧਰ ਪਾਤਸ਼ਾਹ ਨੇ ਆਖਿਆ ਦਇਆ ਸਿੰਘਾ ਆਪਣੀ ਤਵਾਰੀਖ ਵੱਲ ਧਿਆਨ ਲਿਜਾ ਕੇ ਦੇਖ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਸਤ ਕਰਕੇ ਮੰਨਣ ਵਾਲੇ ਪਾਵਨ ਲੈਣਾ ਜੀ ਜਿਸ ਦਿਨ ਮਹਾਰਾਜ ਜੀ ਨੇ ਉਹਨਾਂ ਨੂੰ ਸੰਘਾਸਨ 'ਤੇ ਬਿਠਾ ਲਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਆਪਣੇ ਸਿੱਖ ਦੀਆਂ ਪਰਿਕਰਮਾ ਕਰਕੇ ਉਹਨਾਂ ਨੂੰ ਮੱਥਾ ਟੇਕਿਆ ਸੀ ਸਭ ਤੋਂ ਪਹਿਲਾਂ ਆਪਣੇ ਸਿੱਖ ਨੂੰ ਗੁਰੂ ਸਾਹਿਬ ਜੀ ਮੱਥਾ ਟੇਕਦੇ ਪਏ ਜਿਹੜੇ ਦਿਨ ਦੁਨੀਆਂ ਦੇ ਵਾਲੀ ਨੇ ਇਸੇ ਤਰ੍ਹਾਂ ਜੇ ਉਹਨਾਂ ਨੇ ਆਪਣੇ ਸਿੱਖ ਨੂੰ ਇਹ ਮਾਣ ਬਖਸ਼ ਦਿੱਤਾ ਸੀ ਮੈਂ ਵੀ ਆਪਣੇ ਸਿੱਖ ਨੂੰ ਇਹ ਮਾਣ ਬਖਸ਼ਦਾ ਪਿਆ ਤੇ ਉਹਨਾਂ ਬੋਲਿਆ ਸੀ ਮਹਾਰਾਜ ਜੀ ਨੇ ਪਵਿੱਤਰ ਮੁਖ ਤੋਂ ਬੋਲ ਬੋਲੇ ਸਨ ਖਾਲਸਾ ਗੁਰੂ ਕਰੋ ਖਾਲਸਾ ਮੈਂ ਅਬ ਜੈਸੇ ਗੁਰੂ ਨਾਨਕ ਨੇ ਅੰਗਦ ਕੋ ਕੀਨੀਓ ਅਬ ਅੰਮ੍ਰਿਤ ਛਕਾਵੋ ਮੋਹੇ ਮਹਾਰਾਜ ਨੇ ਆਖਿਆ ਹੁਣ ਉਸੇ ਤਰ੍ਹਾਂ ਹੀ ਜੈਸੇ ਤੁਮ ਲੀਨੀਓ ਸ਼ੰਕ ਨਾ ਕੀਜੈ ਸਾਵਧਾਨ ਹੋਏ ਦੀਜੈ ਅੱਜ ਅਬ ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀਨੀਓ ਕਹਿੰਦੇ ਦਇਆ ਸਿੰਘਾ ਮੈਂ ਖਾਲਸੇ ਨੂੰ ਗੁਰੂ ਬਣਾ ਦੇਣ ਲੱਗਾ ਗੁਰੂ ਨੂੰ ਖਾਲਸੇ 'ਚ ਭੇਦ ਕਰ ਦੇਣ ਲੱਗਾ ਉਵੇਂ ਹੀ ਜਿਵੇਂ ਆਪਣੇ ਸੇਵਕ ਨੂੰ ਗੁਰੂ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਵਿੱਚ ਭੇਦ ਕਰ ਲਿਆ ਸੀ ਤੇ ਹੁਣ ਸ਼ੰਕਾ ਨਾ ਕਰ ਸਾਵਧਾਨ ਹੋ ਕੇ ਪੰਜੇ ਜਾਣੇ ਉਹ ਅੰਮ੍ਰਿਤ ਹੁਣ ਮੈਨੂੰ ਦਿਓ ਜਿਹੜਾ ਤੁਸੀਂ ਮੇਰੇ ਤੋਂ ਪ੍ਰਾਪਤ ਕੀਤਾ ਕੀ ਜ਼ਰੂਰਤ ਸੀ ਦਸਵੇਂ ਪਾਤਸ਼ਾਹ ਜੀ ਨੂੰ ਅੰਮ੍ਰਿਤ ਦੀ ਗੁਰਮੁਖੋ
ਜੇ ਉਹ ਨਹੀਂ ਅੰਮ੍ਰਿਤ ਛਕਦੇ ਤਾਂ ਕੋਈ ਸ਼ਕਤੀ ਘਾਟ ਚੱਲੀ ਸੀ, ਸਮਰੱਥਾ ਕਮਜ਼ੋਰ ਹੋ ਜਾਂਦੀ, ਜਾਂ ਫਿਰ ਮਹਾਰਾਜ ਜੀ ਦੇ ਬਚਨਾਂ ਨਾਲ ਸਿੱਖ ਸੱਚਖੰਡ ਨਾ ਜਾਂਦੇ। ਨਹੀਂ, ਗੁਰੂ ਸਦਾ ਹੀ ਸਮਰੱਥ ਹੁੰਦਾ ਹੈ, ਪਰ ਸਿਰਫ ਇਹ ਦੱਸਣ ਵਾਸਤੇ ਵੀ ਇਸ ਅੰਮ੍ਰਿਤ ਤੋਂ ਬਿਨਾਂ ਅਗਰ ਕਲਗੀਧਰ ਪਾਤਸ਼ਾਹੀ ਦਾ ਗੁਜ਼ਾਰਾ ਨਹੀਂ ਹੋ ਸਕਦਾ, ਸਿੱਖ ਦਾ ਕਿਵੇਂ ਹੋ ਸਕਦਾ ਹੈ ਦੱਸੋ ਤੁਸੀਂ। ਗਿਆਨੀ ਚੰਦਾ ਸਿੰਘ ਜੀ ਨੇ ਸਤਸੰਗ ਜੀ ਸਭ ਤੋਂ ਪਹਿਲਾਂ ਤਵਾਰੀਖ ਲਿਖੀ, ਸਭ ਤੋਂ ਪਹਿਲਾਂ ਉਹਨਾਂ ਨੇ ਲਿਖਿਆ, ਗਿਆਨੀ ਚੰਦਾ ਸਿੰਘ ਜੀ ਫਿਰੋਜ਼ਪੁਰੀ, ਉਹਨਾਂ ਲਿਖਿਆ ਜਦੋਂ ਕੇਸਗੜ੍ਹ ਸਾਹਿਬ ਜੀ ਦੀ ਸੇਵਾ ਹੋਈ ਨਾ, ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ ਅਤੇ ਸੰਤ ਬਾਬਾ ਜਵਾਲਾ ਸਿੰਘ ਜੀ ਅਰਖੋਵਾਲ ਵਾਲਿਆਂ ਨੇ ਉਹਨਾਂ ਦੀ ਦੇਖ ਰੇਖ 'ਚੋਂ ਸੇਵਾ ਹੋਈ ਸੀ। ਜਦੋਂ ਨੀਹਾਂ ਦੀ ਪਟਾਈ ਹੋਈ ਤੇ ਵਿੱਚੋਂ ਤਾਂਬੇ ਦੇ ਪੱਤਰੇ ਨਿਕਲੇ ਸਨ, ਉਹਨਾਂ ਪੱਤਰਿਆਂ ਉੱਪਰ ਕੁਝ ਅਬਾਰਤ ਲਿਖੀ ਹੋਈ ਸੀ, ਉਹਨਾਂ ਦੇ ਉੱਪਰ ਕੁਝ ਅੱਖਰ ਲਿਖੇ ਸਨ। ਕੀ ਲਿਖਿਆ ਸੀ? ਉਹ ਜਿਵੇਂ ਜਿਵੇਂ ਘਟਨਾ ਵਾਪਰੀ ਸੀ ਕੇਸਗੜ੍ਹ ਦੀ ਪਹਾੜੀ ਉੱਪਰ, ਉਹ ਸਾਰਾ ਕੁਝ ਲਿਖਿਆ ਸੀ। ਔਰ ਉਸ ਅਬਾਰਤ ਵਿੱਚ ਇਹ ਅੱਖਰ ਸਨ ਵੀ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣ ਤੋਂ ਬਾਅਦ ਆਪਣੇ ਸਤਿਕਾਰਯੋਗ ਮਾਤਾ ਜੀ ਨੂੰ, ਆਪਣੇ ਸਾਹਿਬਜ਼ਾਦਿਆਂ ਨੂੰ, ਆਪਣੇ ਮਹਿਲਾਂ ਨੂੰ ਬੁਲਾਇਆ ਅਤੇ ਫਿਰ ਉਹਨਾਂ ਨੇ ਵੀ ਅੰਮ੍ਰਿਤ ਪ੍ਰਾਪਤ ਕੀਤਾ ਪੰਜਾਂ ਪਿਆਰਿਆਂ ਤੋਂ। ਜੇ ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰਾਂ ਨੂੰ, ਬਿੰਦੀ ਪੁੱਤਰਾਂ ਨੂੰ ਸਾਧ ਸੰਗਤ ਜੀ ਅੰਮ੍ਰਿਤ ਦੀ ਜ਼ਰੂਰਤ ਹੈ ਅਤੇ ਨਾਦੀ ਪੁੱਤਰ ਨੂੰ ਜ਼ਰੂਰਤ ਕਿਉਂ ਨਹੀਂ? ਅਸਲ ਵਿੱਚ ਨਾਦੀ ਬਣਦਾ ਹੀ ਉਦੋਂ ਹੈ ਸ਼ਬਦ ਨੂੰ ਜਦੋਂ ਗ੍ਰਹਿਣ ਕਰੇਗਾ ਪੰਜਾਂ ਪਿਆਰਿਆਂ ਤੋਂ। ਇਸ ਕਰਕੇ ਇਹ ਬੇਨਤੀ ਆ, ਸਿਰਫ ਬੇਨਤੀ ਆਪਾਂ ਕਰਦੇ ਹਾਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ। ਗੁਰਮੁਖੋ, ਬਾਬਾ ਦੀਪ ਸਿੰਘ ਜੀ ਦੀ ਇਸ ਜਨਮ ਭੂਮੀ 'ਤੇ ਤੁਸੀਂ ਬੈਠੇ ਜੇ, ਆਪਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਚਾਹੀਦੀ ਆਪਣੇ ਭਲੇ ਵਾਸਤੇ। ਹਾਂ, ਨਹੀਂ ਕਰਾਂਗੇ ਠੀਕ ਹੈ, ਆਪਣੀ ਮਰਜ਼ੀ, ਕਿਉਂਕਿ ਇਹ ਜਿਹੜਾ ਅੱਖਾਂ ਨੂੰ ਦ੍ਰਿਸ਼ ਦੇਖਦੀਆਂ ਨਾ, ਦੁਨੀਆਂ ਦੇ ਰੰਗ ਤਮਾਸ਼ੇ ਬਹੁਤ ਤਰ੍ਹਾਂ ਦਾ ਮਨ 'ਤੇ ਪ੍ਰਭਾਵ ਪਾਉਂਦੀਆਂ। ਸਮਾਜ ਦਾ ਪ੍ਰਭਾਵ ਸਾਡਾ ਮਨ ਕਬੂਲਦਾ ਹੈ, ਜੋ ਸਾਡੀਆਂ ਅੱਖਾਂ ਦੇ ਸਾਹਮਣੇ ਚੱਲ ਰਿਹਾ ਇਹਦਾ ਪ੍ਰਭਾਵ ਸਾਡੇ 'ਤੇ ਹੁੰਦਾ। ਇਸੇ ਕਰਕੇ ਆਪਾਂ ਕਹਿੰਦੇ ਹਾਂ ਨਹੀਂ ਜੀ, ਨਹੀਂ ਜੀ, ਫੇਰ ਕਿਤੇ, ਫੇਰ ਕਿਤੇ। ਅਸਲ ਵਿੱਚ ਫੇਰ ਦਾ ਵਾ ਇਹ ਘੜੀ ਮੁੜੀ ਨਹੀਂ ਸਤਸੰਗ ਜੀ ਸਮਾਂ ਮਿਲਦਾ ਹੁੰਦਾ। ਭਾਈ ਗੁਰਦਾਸ ਜੀ ਨੇ ਲਿਖਿਆ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਚਿਰੰਕਾਲ ਦਾ ਅਰਥ ਹੈ ਚਿਰਕਾਲ ਤੋਂ ਬਾਅਦਾਂ, ਬਹੁਤ ਲੰਮੇ ਸਮੇਂ ਤੋਂ ਬਾਅਦ ਇਹ ਦੇਹ ਮਿਲੀ ਆਪਾਂ ਨੂੰ। ਬਹੁਤ ਦੇਹ ਦੇਖੋ, ਪਸ਼ੂਆਂ ਕੋਲੇ ਆ, ਪੰਛੀਆਂ ਕੋਲੇ ਆ, ਸਭ ਕੁੱਤੇ ਬਿੱਲੇ ਦੇਹ ਹੀ ਚੱਕੀ ਫਿਰਦੇ ਨੇ, ਦੇਹ ਹੀ ਆਪਣੇ ਕੋਲੇ ਹੈ। ਪਰ ਫਰਕ ਹੈ, ਜਿਹੜਾ ਸਰੀਰ ਹੁਣ ਆਪਾਂ ਨੂੰ ਮਿਲਿਆ ਨਾ, ਇਹਨੂੰ ਮਹਾਰਾਜ ਜੀ ਨੇ ਆਖਿਆ 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ। ਆਹ ਸਮਾਂ ਜੀ ਨੇ ਗਵਾ ਲਿਆ, ਆਵੇਗਾ ਜਾਵੇਗਾ, ਕੁੱਤਾ ਖੋਤਾ ਘੋੜਾ ਬਣੇਗਾ, ਇਹ ਮੰਨਣਾ ਪਵੇਗਾ ਆਪਾਂ ਨੂੰ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ। ਬਹੁਤ ਲੰਮਾ ਗੇੜ ਪਵੇਗਾ, ਫਿਰ ਜਾ ਕੇ ਵਾਰੀ ਆਵੇਗੀ। ਕਿਉਂ ਐਵੇਂ ਨੀ ਕਬੀਰ ਸਾਹਿਬ ਨੇ, ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਵਾਰੇ ਵਾਰ। ਜੇ ਵਾਰ ਵਾਰ ਹੀ ਮਿਲਣਾ ਹੋਵੇ, ਮੰਨ ਲਓ ਮੈਨੂੰ ਪਤਾ ਹੋਵੇ ਵੀ ਮੈਂ ਦੁਬਾਰਾ ਆ ਜਾਣਾ ਔਰ ਇਸੇ ਜ਼ਿਲ੍ਹੇ 'ਚ ਹੀ ਆਵਾਂਗਾ, ਤੇ ਫਿਰ ਮਹਾਰਾਜ ਕਹਿੰਦੇ ਕਿਛ ਖਾਜਾ ਹੈ, ਕਿਛ ਧਰ ਜਾਈਏ, ਜੇ ਬਾਹੜ ਦੁਨੀਆ ਆਈ ਹੈ, ਕੁਝ ਕਮਾ ਕੇ ਖਾ ਲਈਏ, ਕੁਝ ਰੱਖ ਕੇ ਚੱਲ ਜਾਈਏ, ਆਣ ਕੇ ਖਰਚ ਲਾਂਗੇ ਦੂਜੀ ਵਾਰੀ। ਮਹਾਰਾਜ ਕਹਿੰਦੇ ਇੱਦਾਂ ਕਿਸੇ ਨੂੰ ਦੂਜੀ ਵਾਰੀ ਮਿਲੀ ਨਹੀਂ ਗੁਰਮੁਖੋ, ਜੇ ਮਿਲਦੀ ਹੋਵੇ। ਆ ਮਹਾਰਾਜ ਦਾ ਬਚਨ ਕਹਿੰਦੇ ਖਿਛ ਕਿਛ ਖਾਜਾ, ਕਿਛ ਧਰ ਜਾਈਏ, ਜੇ ਬਹੁਤ ਦੁਨੀਆਂ ਆਈ ਹੈ, ਜੇ ਮੁੜ ਕੇ ਦੁਨੀਆਂ 'ਤੇ ਆ ਜਾਣਾ ਹੋਵੇ, ਬੰਦਾ ਕੁਝ ਲਗਾ ਕੇ ਰੱਖ ਜਾਵੇ, ਕੁਝ ਖਾ ਖਰਚ ਜਾਵੇ, ਮੁੜ ਕੇ ਆਣ ਕੇ ਖਰਚ ਲਾਂਗੇ। ਪਰ ਕਹਿੰਦੇ ਮੌਕਾ ਮਿਲਦਾ ਕੋਈ ਨਹੀਂ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਵਾਰ 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 ਜਨਮ ਹੋਣਗੇ ਲੇਕਿਨ ਮਾਨਸ ਜਨਮ ਨਹੀਂ। ਜੇ 84 ਦਾ ਸਰਦਾਰ ਇਹਨੂੰ ਆਖਿਆ ਨਾ, ਇਸੇ ਕਰਕੇ ਆਖਿਆ ਵੀ ਸਮਝੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ। ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਅਤੇ ਆਪਣਾ ਛਕਣ ਕਰਕੇ ਭਲਾ ਹੋਵੇਗਾ। ਗੁਰਮੁਖੋ, ਕਲਗੀਧਰ ਪਾਤਸ਼ਾਹ ਜੀ ਦੀ ਗੋਦ ਦਾ ਨਿੱਘ ਮਾਣ ਸਕਾਂਗੇ ਫਿਰ ਆਪਾਂ। ਜੇ 84 ਦਾ ਸਰਦਾਰ ਇਸ ਕਰਕੇ ਨਹੀਂ ਆਖਿਆ ਵੀ ਆਪਾਂ ਹੇਰਾ ਫੇਰੀਆਂ, ਚਲਾਕੀਆਂ ਬੜੀਆਂ ਸੋਹਣੀਆਂ ਕਰ ਸਕਦੇ ਹਾਂ, ਦੂਜੇ ਨੂੰ ਠੱਗ ਕੇ ਬੜੇ ਖੁਸ਼ ਹੁੰਦੇ, ਵੇਖੋ ਜੀ ਮੈਂ ਪਤਾ ਨਹੀਂ ਲੱਗਣ ਦਿੱਤਾ ਠੱਗੀ ਮਾਰ ਲਈ ਫਲਾਣੇ ਨਾਲ। ਮਸਕੀਨ ਜੀ ਦਾ ਇੱਕ ਵਚਨ ਚੇਤੇ ਆ ਗਿਆ, ਕਹਿੰਦੇ ਗੁਰਮੁਖੋ ਇੱਕ ਵਾਰ ਕਿਸੇ ਨਾਲ ਠੱਗੀ ਮਾਰਨ ਨਾਲੋਂ ਚੰਗਾ 100 ਵਾਰ ਠੱਗੇ ਜਾਓ, ਤੁਹਾਡਾ ਕੁਝ ਨਹੀਂ ਜੇ ਵਿਗੜਦਾ। ਮਾਇਆ ਠੱਗੀ ਜਾਵੇਗੀ ਨਾ, ਤੁਹਾਡਾ ਕੋਈ ਸਮਾਨ ਚੱਕ ਲਵੇਗਾ ਨਾ ਠੱਗ ਕੇ, ਤੁਹਾਨੂੰ ਕੁਛ ਨਹੀਂ ਵਿਗੜਨ ਲੱਗਾ। ਪਰ ਜਦੋਂ ਤੁਸੀਂ ਕਿਸੇ ਨੂੰ ਠੱਗੋਗੇ ਫਿਰ ਪਿੱਛੇ ਕੁਝ ਨਹੀਂ ਜੇ ਰਹਿੰਦਾ। ਬੰਦਾ ਕਿਸੇ ਨਾਲ ਠੱਗੀ ਮਾਰ ਕੇ ਖੁਸ਼ ਹੁੰਦਾ, ਮੈਂ ਪਤਾ ਓਵਰ ਕਲੈਵਰੀ ਕਰਦਾ, ਮੈਂ ਕਿਹੜਾ ਪਤਾ ਲੱਗਣ ਦਿੱਤਾ ਜੀ ਕਿਸੇ ਨੂੰ। ਓਵਰ ਕਲੈਵਰੀ ਕਰਨ ਦਾ ਨਾਮ 84 ਦੀ ਸਰਦਾਰੀ ਨਹੀਂ। ਠੱਗੀਆਂ ਮਾਰਨੀਆਂ, ਝੂਠ ਬੋਲਣੇ, ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨੇ, ਪਲਾਟ ਮਾਲ ਲੈਣੇ, ਕਿਸੇ ਦਾ ਬਟੂਆ ਚੁੱਕ ਕੇ ਭੱਜ ਜਾਣਾ, ਇਸੇ ਕਰਕੇ ਸਾਨੂੰ ਸਰਦਾਰ ਨਹੀਂ ਆਖਿਆ 84 ਦਾ, ਮਾਫ਼ ਕਰਨਾ। ਇਸ ਕਰਕੇ ਆਖਿਆ ਆਪਾਂ ਗੁਰੂ ਸਾਹਿਬ ਜੀ ਦੇ ਬਚਨ ਨੂੰ ਸੁਣ ਕੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਸਕਦੇ। ਸੁਣੋ ਭਾਈ ਗੁਰਦਾਸ ਜੀ ਦੇ ਬਚਨ, ਉਹ ਕਹਿੰਦੇ ਪਸ਼ੂਆ ਮਨੁੱਖ ਦੇਹ ਅੰਤਰ ਅੰਤਰ ਇਹੀ। ਪਸ਼ੂ ਤੇ ਮਨੁੱਖ ਦੀ ਦੇਹ 'ਚ ਕੀ ਅੰਤਰ ਹੈ? ਸਿਰਫ ਇਹੀ ਇੱਕ ਅੰਤਰ ਹੈ। ਕਿਹੜਾ ਅੰਤਰ ਹੈ? ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਕਹਿੰਦੇ ਮਨੁੱਖ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਸਕਦਾ ਹੈ ਤੇ ਪਸ਼ੂ ਅਗਿਆਨੀ ਹੈ, ਉਹਨੂੰ ਜਿੰਨਾ ਮਰਜ਼ੀ ਉਪਦੇਸ਼ ਨਾਲ ਉਹ ਜੋੜ ਨਹੀਂ ਸਕਦਾ ਆਪਣੀ ਸੁਰਤ ਨੂੰ, ਉਹਨੂੰ ਇਹ ਗੱਲ ਸਮਝ ਨਹੀਂ ਆਉਣੀ।
पशुआ मनुख देह अंतर अंतर ही शब्द सुरत को विवेक अभिवेक है। पशुआ हरियायो सुनियो अन सुनियो करे मानस जन्म उपदेश हृदय टेक है। भाई गुरुदास जी कहते मनुख जन्म है गुरु साहब जी के उपदेश नु तू हृदय च टिका सकदा जन्म सफला कर सकदा है। पशु नु इन्नी सोझी परमात्मा ने नहीं बख्शी, ये आपां नु बख्शी है, ये चंगे माड़े की सोझी आपां नु है। इस करके संगती रूप में तुसी भावें मेरिया बच्चिया मेरिया भैन या मातावान ने भावें तुसी जी आ बच्चे या वीर भरा गुरमुख वड्डे छोटे सारे बैठे है, ये उपदेश महाराज जी का सारिया लई हुंदा सारिया लई। जे वीर वाले पासे आपां जावांगे ते जिहड़े शकदे शकाउंदे उह कहिंदे नहीं अजे नहीं जी अजे नहीं जी, क्योंकि जिहड़ा हुण समाज मैं तां हुण किन्ने चिर तां मैं आया नहीं सी, हुण आण के वेख्या वी 500-700 रुपया तुसीं विआह च खर्चो ते 5-star होटल वर्गा तुहानूं समान मिलने आउंदा उत्थे छेती जीव नहीं करदा वाकई छड्डण लई। पर महाराज कहिंदे चख छोड़ी सहसा नहीं कोई, वह बड़ी खा पी के वेख ली। महाराज कहिंदे जिहड़ी चीज़ चख ली उहनूं छड्डण लग्गिया की संगी जन, कोई सवास छड्डण लई तां नहीं आख्या तैनूं। बाबा अटल जी ने तो छेवें पातशाह जी का एक बचन मान के सवास ही छड़ दिते सन, गुरु साहब तो कहिंदे तू शराब ही छड़ दे मेरे वल्ले आ जा, उहदे तों वी आपां बहाने बणाई जांदे कोई किसी तरह कोई किसी तरह कुछ। चलो मेरा कहण नूं जी करदा सारे आपां परिवारां वाले हाँ बच्चे ने, पर कई बार फैशन करके आपां कहिंदे नहीं जी फिर इदां कर लिया तो इदां किवें होवेगा जी, जे मैं इदां कर लिया फिर मैं आह नहीं कर सकती। कुछ मावां भैणां वी इदां कहिंदियां नहीं नहीं गुरमुखो सोहणे लगण वास्ते आपां शिंगार करना ना, आपां कहिंदे अमृत छक लिया तो फिर आह नहीं कर सकांगे आह नहीं, मेकअप तां करके भेजिया कलगीधर पातशाह जी ने अपना, ये कोई कसर नहीं छड़ी सी परमात्मा ने सानू भेजण वेले, जे कसर छड़ दिया मतलब उहदे कोल भुल होगी नहीं नहीं। जिन तू साज सवार सिगारिया गर्भ अगण मैं जिन्हें उबारिया, महाराज पंजवें पातशाह सुखनी साहब जी कहिंदे कहिंदे जिन्हें तैनू सवार के शिंगार के धरती ते भेजिया, हुण होर पिछे शिंगार आपां किहड़ा करना गुरमुखो, शिंगार के भेजा जी उहना ना शिंगार के भेजदा जिन्ना मर्जी मेकअप कर लिया, जे आ नक की गुली किसी की कट्टी होवे ते कदी भी सोहना ना लगे, जे आ कन्नां नू छज्जे जे ना परमात्मा लाउंदा कलियां मोरियां जी होंदियां किधर जांदे आपां, जे आ अखां दे उत्ते आ चिमणियां ना लाउंदा परवट्टे ना आउंदे फिर आपां कितना कु शिंगार लैंदे अपने आप नू, आ नौहां दे अगले बन्ने हत्थां दे नौ लाए ने परमात्मा ने शिंगार के ते भेजिया गुरमुखो सारा कुछ, फिर आपां इहनां दे उत्ते कुछ होर लाउने इधर कुछ होर करदे इधर कुछ होर करदे आ, आपां कहिंदे इदां नहीं नहीं। महाराज दे बचन चेते रखियो कहिंदे ने सही सुंदर सोहणे साध संग जिन बहणे, सच्चे पातशाह कहिंदे सब तो सोहणा उह है जिहड़ा संगत विच आण के बहिंदा, उह मैनूं सब तो वध सोहणा लगदा। सतगुरु जी ने कृपा करके भेजी है, मैं माफी मांग के कहना मैं तर्क नहीं करता पाया तुसी सारे आपा भैन भरा हो सारे, पर कई बार मन च हुंदा ना जी जे इदां कर लिया अमृत छक लिया फिर आ नहीं ला सकना वह नहीं पा सकना, गुरमुखो तुसी तुहानू लाउण दी लोड़ ही कोई नहीं, परमात्मा ने सब कृपा करके भेजिया आपां नूं, कोई कसर थोड़ो छड्ड के भेजी। फिर भी आपां कहिंदे आ फिर कईआं नूं इह हुंदा जी चलो इह मेरा विशा नहीं सी पर मैनूं गुरमुखां ने हुक्म ला दित्ता जी अमृत दा बाटा तैयार होना, दो चार बेनतियां संगत नूं जरूर करिओ। फिर आप कहने जी अमृत छक लिया फिर यह भी कहे जी आप दाज नहीं लेना जी ए नहीं करना जी, तो फिर आप तोले का कड़ा मंगना होंगे तो कहना जिन्हें जिन्हें मिलने चाहिए उन्होंने मुंदरिया भी चाहिए। मैं बेनती करता ना गुरमुखो आप कलगीधर पातशाह के सिख हाँ, सहुरे के सिख नहीं, भी वो सानू कड़ा पाएगा तो असं सिख बनना, भी सहुरा ही कड़ा पावे तो मैं सिख बनना, सिख बनाया महाराज ने कड़ा दिता सानू सरबलोह का, सहुरे के सिख बनना कि दसवें पातशाह जी की आप फैसला वो दित्या पूरी नहीं पैनी, इतने अरदास कर लो कि महाराज तुहाडे काम च बरकत पा देगा, किसी तो लैण की लोड़ ही नहीं पैंदी, सच्ची गल है बिल्कुल सच्ची गल है, झाक ही मुक जाएगी किसी तो लैण की, सानू आ देवे आपां बच्चा व्याहना वेचना नहीं, महाराज घरे ही सब कुछ दे देंगे, कोई कसर नहीं रही, सच्ची गल है। तुसीं बाणी पढ़ के नितनेम करके सच्चे पातशाह दी अगे झोली अड्डो महाराज साडी कमाई च बरकत पाओ, हाँ किसी को क्यों लैन जाइए तो किसी देते पूरी भी किन्ना देर पाएगी। मानुख की टेक वृथि सब जान, देवन को वेख भगवान जिसके दिए रहे अगाए बहुड़ ना तृष्णा लग गया, महाराज जी के बचन कहिंदे मनुख मनुख नूं किन्ना चिर देवेगा ते बंदिया बंदे कोलों किन्नी क देर लवेगा, बंदा बंदे नूं रजा नहीं सकता, वह देण वाला परमेशर है, एक बार झोली भर देवेगा टूट ही नहीं आवेगी, पीढ़िया कोलों मना मुकेगा मुड़के फिर कि गल का आप बहाना बना। इस करके गुरु साहब जी साध संगत जी कृपा करना अपने उपर, महाराज जी ने यह मनुखा जन्म आपां दिता सफल करिए, इहनूं आपां अमृतधारी हो के तुसीं वाहिगुरु वाहिगुरु, मैं कल भी बेनती की सी परसों भी की सी भी वाहिगुरु वाहिगुरु करो अपना जन्म सफल है। फिर गुरु साहब जी बैठे ने ओ खजाना है महाराज जी का जिस च कदे भी टोट नहीं आउंदी, किसे कोलों लवांगे तो पिछों सोच के देवेगा किन्ना क दे सकता मैं इहनूं मेरे कोले किन्ना क बाकी, पर गुरु साहब जी को अटुट खजाना अटुट, जिन्ना मर्जी मंगो कोई संग नहीं आपां नूं, पर गुरु वाले बन के गुरु गुरु करांगे अपना भला होवेगा। ये संगत जी आप जी के चरणों में निम्रता नाल बेनती, यदा मतलब ये